ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਸਾਰੇ ਦੇ ਸਾਰੇ ਪ੍ਰੇਮੀ ਸੱਜਣ ਜੋ ਜੋ ਸਤਿਗੁਰੂ ਜੀ ਦੇ ਚਰਨਾਂ ਵਿਖੇ ਹਾਜ਼ਰ ਹੋਏ ਹੋ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਕਮ ਅਨੁਸਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ 9 ਤਰੀਕ ਨੂੰ ਆ ਰਿਹਾ ਹੈ ਅਤੇ ਗਿਆਨੀ ਜੀ ਦਾ ਹੁਕਮ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਬਾਰੇ ਕਥਾ ਹੋਵੇ ਬਾਕੀ ਦਿਨਾਂ ਅੰਦਰ। ਅੱਜ ਸਵੇਰ ਦੀ ਕਥਾ ਵਿੱਚ ਇਹ ਪ੍ਰਕਰਨ ਆਇਆ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਜਗਤ ਜੀਵਾਂ ਦੀ ਕਲਿਆਣ ਕਿਵੇਂ ਹੋਵੇ। ਹਰਿਮੰਦਰ ਸਾਹਿਬ ਜੀ ਦੀ ਰਚਨਾ ਹੋ ਗਈ। ਅੰਮ੍ਰਿਤ ਸਰੋਵਰ ਦੇ ਵਿਚਕਾਏ ਹਰਿਮੰਦਰ ਸੋਭਾ ਪਾ ਰਿਹਾ ਹੈ। ਕੈਸੋ ਹਰਿਮੰਦਰ ਹੈ, ਜੈਸੋ ਹਰਿਮੰਦਰ ਹੈ, ਨਾ ਐਸੋ ਹਰਿਮੰਦਰ ਹੈ ਜੈਸੋ ਹਰਿਮੰਦਰ ਹੈ। ਸੰਤ ਨਿਹਾਲ ਸਿੰਘ ਜੀ ਲਿਖਦੇ ਨੇ ਕਿ ਜਿਹੋ ਜਿਹਾ ਤੁਸੀਂ ਸੱਚਖੰਡ ਸੁਣਦੇ ਹੋ ਨਾ, ਮਰਨ ਦੇ ਬਾਅਦ ਜਾਣਾ, ਉੱਥੇ ਵੀ ਹਰਿਮੰਦਰ ਹੈ। ਪਰ ਜਿਹੜਾ ਇਹ ਹਰਿਮੰਦਰ ਹੈ ਜਿਹਦੀ ਨੀਂਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਬਚਲ ਨੀਂਵ ਰਖਾਈ, ਇਹਦੇ ਵਰਗਾ ਤਿੰਨਾਂ ਲੋਕਾਂ ਵਿੱਚ ਹੋਰ ਕੋਈ ਦੂਸਰਾ ਹਰਿਮੰਦਰ ਨਹੀਂ। ਹਰਿਮੰਦਰ ਦੀ ਰਚਨਾ ਹੋ ਗਈ। ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੈਂ ਪਾਠ ਕਰ ਰਿਹਾ ਸਾਂ ਆਨੰਦ ਦਾ, ਉਹਦੇ ਵਿੱਚ ਕੱਚੀ ਬਾਣੀ ਨਾ ਪੜ੍ਹਨ ਦੀ ਹਦਾਇਤ ਆਈ ਹੈ, ਸਾਨੂੰ ਤਾਂ ਪਤਾ ਨਹੀਂ ਕੱਚੀ ਬਾਣੀ ਕਿਹੜੀ ਹੈ ਅਤੇ ਪੱਕੀ ਬਾਣੀ ਕਿਹੜੀ ਹੈ। ਗੁਰੂ ਅਰਜਨ ਦੇਵ ਜੀ ਨੇ ਵਿਚਾਰਿਆ ਕਿ ਇਸ ਗੱਲ ਦਾ ਨਿਰਣਾ ਅਸੀਂ ਆਪ ਹੀ ਕਰ ਦਈਏ ਤਾਂ ਜੋ ਆਉਣ ਵਾਲੇ ਸਮੇਂ ਅੰਦਰ ਕੋਈ ਸਿੱਖ ਦੁਬਧਾ ਦਾ ਸ਼ਿਕਾਰ ਨਾ ਰਹੇ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਦਿ ਗੁਰੂਆਂ ਦੀ ਬਾਣੀ ਦੀਆਂ ਪੋਥੀਆਂ ਜੋ ਗੋਇੰਦਵਾਲ ਵਿਖੇ ਬਾਬੇ ਮੋਹਣ ਜੀ ਦੇ ਪਾਸ ਸਨ, ਉਹਨਾਂ ਨੂੰ ਪ੍ਰਾਪਤ ਕਰਨ ਲਈ ਆਪ ਜਾਣਾ ਕੀਤਾ। ਕਿਉਂ ਪਹਿਲੇ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਜਾ ਆਏ, ਕਾਰਜ ਨਾ ਰਾਸ ਆਇਆ। ਗੁਰੂ ਅਰਜਨ ਦੇਵ ਜੀ ਨੇ ਆਪ ਖੇਚਲ ਕੀਤੀ ਹੈ, ਆਪ ਉੱਦਮ ਆਰੰਭਿਆ ਅਤੇ ਗੋਇੰਦਵਾਲ ਵਿਖੇ ਜਾ ਕੇ ਬਾਬੇ ਮੋਹਣ ਤੋਂ ਪੋਥੀਆਂ ਪ੍ਰਾਪਤ ਕਰ ਲਈਆਂ। ਇੱਥੋਂ ਤੱਕ ਕਥਾ ਸਵੇਰੇ ਕੀਤੀ ਸੀ, ਹੁਣ ਅੱਗੇ ਸੁਣੋ। ਬਾਬੇ ਮੋਹਰੀ ਨੇ ਹੱਥ ਜੋੜ ਬੇਨਤੀ ਕੀਤੀ, ਗਰੀਬ ਨਵਾਜ ਪਾਤਸ਼ਾਹ ਤੁਸੀਂ ਆਏ ਹੋ ਤਾਂ ਹੁਣ ਇੱਕ ਦੋ ਦਿਨ ਤਾਂ ਠਹਿਰੋ ਨਾ, ਗੋਇੰਦਵਾਲ ਦੀਆਂ ਸੰਗਤਾਂ ਨੂੰ ਦਰਸ਼ਨ ਦਿਓ। ਗੁਰੂ ਅਰਜਨ ਦੇਵ ਜੀ ਨੇ ਮੋਹਰੀ ਦੀ ਬੇਨਤੀ ਮੰਨ ਲਈ ਅਤੇ ਬਾਬੇ ਮੋਹਰੀ ਦੇ ਘਰ
ਗੁਰੂ ਅਰਜਨ ਦੇਵ ਜੀ ਨੇ ਗੋਇੰਦਵਾਲ ਵਿੱਚ ਡੇਰਾ ਕਰ ਲਿਆ। ਲਾਗੇ ਰਹਿਣ ਵਾਲੇ ਸਿੱਖਾਂ ਨੂੰ ਪਤਾ ਲੱਗਾ, ਸਾਰੇ ਹੁੰਮ ਹੁਮਾ ਕੇ ਦਰਸ਼ਨਾਂ ਨੂੰ ਆਏ। ਮੋਹਰੀ ਦੀ ਘਰਵਾਲੀ ਨੇ ਗੰਗਾ ਦਾ ਹਾਲ ਚਾਲ ਪੁੱਛਿਆ ਅਤੇ ਕਹਿਣ ਲੱਗੀ, ਕਿੰਨਾ ਚਿਰ ਹੋ ਗਿਆ, ਸਾਨੂੰ ਕਦੀ ਯਾਦ ਹੀ ਨਹੀਂ ਕੀਤਾ। ਹੁਣ ਹਰਗੋਬਿੰਦ ਦੇ ਵਿਆਹ 'ਤੇ ਸਾਨੂੰ ਮਹੀਨਾ ਪਹਿਲਾਂ ਗੰਢ ਘੱਲਣੀ, ਅਸੀਂ ਸਾਰੇ ਤਿਆਰ ਹੋ ਕੇ ਆਵਾਂਗੇ। ਹੋਰ ਵੀ ਦੁਨਿਆਵੀ ਗੱਲਾਂ ਬਾਤਾਂ ਸਤਿਗੁਰੂ ਜੀ ਨੇ ਸੁਣੀਆਂ, ਕਿਉਂ ਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਹਨ, ਲੋਗਨ ਸਿਓ ਮੇਰਾ ਠਾਠਾ ਬਾਗਾ। ਲੋਕਾਂ ਨਾਲ ਸੰਸਾਰੀ ਤੌਰ ਉੱਤੇ ਵੀ ਵਰਤੋਂ ਵਿਹਾਰ ਰੱਖਣਾ ਪੈਂਦਾ ਹੈ। ਜੇ ਇੱਕਦਮ ਹੀ ਲੋਕਾਂ ਨਾਲੋਂ ਲਾਂਭੇ ਹੋ ਜਾਈਏ ਤਾਂ ਗ੍ਰਿਸਤੀਆਂ ਦਾ ਨਿਭਣਾ ਔਖਾ ਹੈ। ਜਿਵੇਂ ਦੁਨਿਆਦਾਰੀ ਨਾਲ ਵਰਤੋਂ ਵਰਤਾਰਾ ਰੱਖਣਾ ਪਰ ਅੰਦਰੋਂ ਸਤਿਗੁਰੂ ਜੀ ਨਿਰੰਕਾਰ ਨਾਲ ਜੁੜੇ ਰਹਿੰਦੇ ਹਨ। ਬੇਅੰਤ ਗੱਲਾਂ ਬਾਤਾਂ ਹੋਈਆਂ, ਦਿਨ ਚੜ੍ਹਿਆ ਤਾਂ ਆਨੰਦ ਦੇ ਪੁੱਤਰ ਸੁੰਦਰ ਨੂੰ ਨਾਲ ਲੈ ਕੇ ਗੁਰੂ ਜੀ ਦੇ ਮਨ ਵਿੱਚ ਵਿਚਾਰ ਆਈ ਕਿ ਸਾਡੇ ਪਿਤਾ ਜੀ ਦੇ ਅਸਥਾਨ ਦਾ ਦਰਸ਼ਨ ਕਰ ਆਈਏ, ਜਿੱਥੇ ਗੁਰੂ ਰਾਮਦਾਸ ਜੀ ਦਾ ਸੰਸਕਾਰ ਕੀਤਾ, ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗੋਇੰਦਵਾਲ ਵਿੱਚ, ਉਸ ਜਗ੍ਹਾ 'ਤੇ ਸਿੱਖਾਂ ਨੇ ਦਿਓਰੇ ਬਣਾਏ ਹੋਏ ਸਨ। ਗੁਰੂ ਅਰਜਨ ਦੇਵ ਮਹਾਰਾਜ ਜੀ ਚੱਲ ਪਏ। ਜਿਸ ਵੇਲੇ ਬਿਆਸਾ ਦੇ ਕਿਨਾਰੇ ਪਹੁੰਚੇ ਤਾਂ ਦੋਵਾਂ ਦੋਹਰਿਆਂ ਦੇ ਦਰਸ਼ਨ ਕੀਤੇ, ਪਰਿਕਰਮਾ ਕੀਤੀਆਂ, ਨਮਸਕਾਰ ਕੀਤੀ ਅਤੇ ਉੱਥੇ ਕੁਝ ਪੰਛੀਆਂ ਨੇ ਵਿੱਠਾਂ ਕੀਤੀਆਂ ਹੋਈਆਂ ਸਨ। ਗੁਰੂ ਜੀ ਨੂੰ ਐਸਾ ਚੰਗਾ ਨਾ ਲੱਗਾ, ਗੁਰਦੇਵ ਨੇ ਬਿਆਸਾ ਨੂੰ ਆਗਿਆ ਕਰ ਦਿੱਤੀ ਵੀ ਰੋੜ ਕੇ ਲੈ ਜਾ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਸਥਾਨ ਜਿੱਥੇ ਜੋਤੀ ਜੋਤ ਸਮਾਏ ਕਰਤਾਰਪੁਰ ਵਿੱਚ, ਮੁਸਲਮਾਨਾਂ ਨੇ ਕਬਰ ਬਣਾਈ ਗੁਰੂ ਨਾਨਕ ਦੇਵ ਜੀ ਦੀ, ਅੱਧੀ ਚਾਦਰ ਪਾੜ ਕੇ ਅਤੇ ਹਿੰਦੂਆਂ ਸਿੱਖਾਂ ਨੇ ਉਹਦਾ ਸੰਸਕਾਰ ਕਰਕੇ ਅਤੇ ਉਸ ਜਗ੍ਹਾ ਉੱਤੇ ਦਿਓਰਾ ਬਣਾਇਆ। ਦਿਓਰਾ ਮਸੀਤ ਸੋਈ ਪੂਜਾ ਉਹ ਨਮਾਜ਼ ਹੋਈ, ਕਲਗੀਧਰ ਪਾਤਸ਼ਾਹ ਫਰਮਾਉਂਦੇ ਹਨ। ਪਰ ਸਮੇਂ ਅਨੁਸਾਰ ਪ੍ਰਭੂ ਨੂੰ ਗੁਰੂ ਨਾਨਕ ਦੇਵ ਜੀ ਨੂੰ ਦੋਵੇਂ ਹੀ ਨਹੀਂ ਪਾਉਂਦੇ, ਇਸ ਵਾਸਤੇ ਨਦੀ ਦੇ ਪ੍ਰਵਾਹ ਨੇ ਗੁਰੂ ਨਾਨਕ ਦੀ ਸਮਾਧੀ ਵੀ ਰੋੜ ਕੇ ਲੈ ਗਏ। ਹੁਣ ਇਹ ਅਸਥਾਨ ਪਾਕਿਸਤਾਨ ਵਿੱਚ ਹੈ। ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਿਓਰਿਆਂ ਦੇ ਦਰਸ਼ਨਾਂ ਵਾਸਤੇ ਗਏ ਤਾਂ ਨਾਲ ਬਾਬੇ ਮੋਹਰੀ ਦਾ ਪੁੱਤਰ ਆਨੰਦ ਅਤੇ ਆਨੰਦ ਦਾ ਪੁੱਤਰ ਸੁੰਦਰ ਸੀ। ਸੁੰਦਰ ਉਸ ਵੇਲੇ ਸਾਰਾ ਕੌਂਤਕ ਅੱਖੀਂ ਦੇਖ ਚੁੱਕਾ ਸੀ, ਜਿਵੇਂ ਗੁਰੂ ਤੀਜੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣਾ ਹੋਇਆ। ਗੁਰੂ ਜੀ ਨੇ ਪੁੱਛਿਆ ਕਿ ਸਾਡੇ ਪਿਤਾ ਜੀ ਦੇ ਸਰੀਰ ਦੇ ਅੰਤ ਦੀ ਕਿਰਿਆ ਤਾਂ ਸਾਰੀ ਅਸੀਂ ਆਪਣੇ ਅੱਖੀਂ ਦੇਖੀ ਹੈ,
ਪਰ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਸਾਰਾ ਪ੍ਰਸੰਗ ਸੁਣਨਾ ਚਾਹੁੰਦੇ ਹਾਂ ਤਾਂ ਬਾਬਾ ਸੱਦ ਜੀ ਨੇ, ਬਾਬਾ ਸੁੰਦਰ ਜੀ ਨੇ ਉਸ ਵੇਲੇ ਜਿਹੜੀ ਕਥਾ ਸੁਣਾਈ ਗੁਰੂ ਅਮਰਦਾਸ ਮਹਾਰਾਜ ਜੀ ਦੀ, ਉਹ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ ਸੱਦ ਨਾਮ ਦੀ ਬਾਣੀ ਦੇ ਸਿਰਲੇਖ ਨਾਲ। ਜਗਦਾਤਾ ਸੋਏ ਭਗਤ ਵਛਲ ਤਿਉਂ ਲੋਏ ਜੀਓ, ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਏ ਜੀਓ, ਅਵਰੋ ਨਾ ਜਾਣੇ ਸ਼ਬਦ ਗੁਰ ਕੈ ਏਕ ਨਾਮ ਧਿਆਵੇ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ। ਆਇਆ ਹਕਾਰਾ ਚੱਲਣ ਹਾਰਾ, ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੁਲ ਠਾਕਰ ਭਗਤ ਤੇ ਹਰ ਪਾਇਆ। ਇਹ ਸਦ ਬਾਣੀ ਦੇ ਅਰਥ ਕਰਾਂਗੇ ਅਤੇ ਹੋਰ ਕਥਾ ਲੰਬੀ ਹੋਵੇਗੀ। ਨਿਸ਼ਚਿਤ ਸਮੇਂ ਅੰਦਰ ਹੀ ਆਪਾਂ ਸਾਰਾ ਪ੍ਰਕਰਨ ਵਿਚਾਰਨਾ ਹੈ। ਅੰਤ ਦੇ ਸਮੇਂ ਗੁਰੂ ਅਮਰਦਾਸ ਜੀ ਨੇ ਨਸੀਹਤ ਦਿੱਤੀ, ਬਾਬਾ ਸੁੰਦਰ ਜੀ ਸੁਣਾ ਰਹੇ ਹਨ, ਅੰਤ ਚੱਲਦਿਆਂ ਹੋਏ ਬੇਲੀ ਇੱਕ ਨਾਮ ਪੱਲੇ ਬੰਨ ਲਵੋ ਜਿਹੜਾ ਅੰਤ ਦੇ ਸਮੇਂ ਤੁਹਾਡਾ ਬੇਲੀ ਬਣੇਗਾ, ਨਹੀਂ ਤਾਂ ਬਾਕੀ ਸਾਰੇ ਕਰਮ ਧਰਮ ਜਮਦੂਤਾਂ ਨੇ ਰਾਹ ਵਿੱਚ ਹੀ ਖੋਹ ਲੈਣੇ ਹਨ। ਜਮਦੂਤ ਕਾਲ ਨੇ ਖੰਜਨੋਂ ਜਿਨ੍ਹਾਂ ਦੇ ਸਿਰ 'ਤੇ ਗੁਰੂ ਦਾ ਹੱਥ ਹੁੰਦਾ ਹੈ ਉਹ ਹੀ ਭਗਤੀ ਵਾਲੇ ਬੰਨੇ ਲੱਗਦੇ ਹਨ। ਅੰਤ ਦੇ ਸਮੇਂ ਗੁਰੂ ਅਮਰਦਾਸ ਜੀ ਨੇ ਫਰਮਾਇਆ, ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਹੇ ਮੇਰੇ ਸਿੱਖੋ, ਹੇ ਮੇਰੇ ਪੁੱਤਰੋ, ਹੇ ਮੇਰੇ ਭਰਾਵੋ। ਚਾਰ ਭਰਾ ਸਨ ਗੁਰੂ ਅਮਰਦਾਸ ਜੀ। ਸਾਰਾ ਭਲਿਆਂ ਦਾ ਖਾਨਦਾਨ ਉਸ ਵੇਲੇ ਇਕੱਠਾ ਹੋਇਆ ਹੋਇਆ ਸੀ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਅੰਤ ਦੇ ਸਮੇਂ ਰੋਣਾ ਪਿੱਟਣਾ ਨਹੀਂ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜੀਓ, ਮੇਰੇ ਤੋਂ ਬਾਅਦ ਬਾਣੀ ਦਾ ਕੀਰਤਨ ਕਰਨਾ, ਗੁਰਬਾਣੀ ਦੀ ਕਥਾ ਕਰਨੀ ਹੈ। ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਮਤਾ ਮੇਰੇ ਮਗਰੋਂ ਕੋਈ ਰੋਵੇ ਧੋਵੇ। ਧੰਨ ਗੁਰੂ ਅਮਰਦਾਸ ਜੀ ਦੀ ਧਰਮ ਪਤਨੀ ਰੋਈ ਨਹੀਂ ਮਗਰੋਂ, ਸਤਿਗੁਰੂ ਦੇ ਹੁਕਮ ਦੀ ਪਾਲਣਾ ਕੀਤੀ। ਸੱਦ ਨਾਮ ਦੀ ਬਾਣੀ ਦੇ 6 ਸ਼ਬਦ ਉਚਾਰਨ ਹੋਏ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵੀ 6 ਸ਼ਬਦ ਲਿਖ ਲਏ ਅਤੇ ਸੁੰਦਰ ਨੂੰ ਕਿਹਾ ਕਿ ਇਹ ਬਾਣੀ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰ ਦੇਵਾਂਗੇ। ਨਾਮ ਵੀ ਸੁੰਦਰ ਦਾ ਆਇਆ ਅੰਤ ਵਿੱਚ, ਕਹੇ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਸੋ ਬਾਬੇ ਸੁੰਦਰ ਦੀ ਬਾਣੀ ਦੇ 6 ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਵਿੱਚ, ਜਿੱਥੇ 15 ਭਗਤਾਂ ਦੀ ਬਾਣੀ ਹੈ, ਜਿੱਥੇ ਸਿੱਖਾਂ ਦੀ ਬਾਣੀ ਹੈ, ਜਿੱਥੇ ਸੰਤਾਂ ਦੇ ਸੰਕੇਤ ਲਾ ਕੇ ਗੁਰੂ ਪਾਤਸ਼ਾਹ ਜੀ ਨੇ ਬਾਣੀ ਉਚਾਰੀ ਹੈ। 6 ਗੁਰੂਆਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਤੱਕ ਅਤੇ ਗੁਰੂ ਤੇਗ ਬਹਾਦਰ ਜੀ ਦੀ। 6ਵੇਂ ਪਾਤਸ਼ਾਹ ਜੀ ਨੂੰ ਹੁਕਮ ਨਹੀਂ ਸੀ ਬਾਣੀ ਉਚਾਰਨ ਦਾ, ਇਸ ਵਾਸਤੇ
ਸਤਿਗੁਰੂ ਜੀ ਨੇ ਕੇਵਲ 9 ਧੁਨਾਂ ਚੜ੍ਹਾਈਆਂ ਹਨ। ਅਕਾਲ ਤਖ਼ਤ ਭਾਈ ਗੁਰਦਾਸ ਜੀ ਨੂੰ ਹੁਕਮ ਦੇ ਕੇ ਜਦੋਂ ਆਸਾ ਜੀ ਦੀ ਵਾਰ ਰਾਗੀ ਲਾਉਂਦੇ ਹਨ ਤਾਂ ਉਸ ਦੇ ਉੱਪਰ ਲਿਖੇ ਹਨ ਸ਼ਬਦ ਟੁੰਡੇ ਅਸ ਰਾਜੇ ਕੀ ਧੁਨੀ ਜਾਂ ਫਿਰ ਲੱਲਾ ਬਹਿਲੀਮਾ ਕੀ ਧੁਨ ਗਾਵਣੀ। ਸੋ 9 ਧੁਨਾਂ ਬਾਹੀਆਂ ਵਾਰਾਂ ਵਿੱਚੋਂ 9 ਵਾਰਾਂ ਦੇ ਆਰੰਭ ਵਿੱਚ ਗੁਰੂ 6ਵੇਂ ਪਾਤਸ਼ਾਹ ਜੀ ਨੇ ਚੜ੍ਹਾਈਆਂ ਅਤੇ ਇਹ ਗ੍ਰੰਥ ਜੋ ਮੇਰੇ ਸਾਹਮਣੇ ਪਿਆ ਹੈ ਇਸ ਦਾ ਨਾਮ ਗੁਰਬਿਲਾਸ ਹੈ। ਮੈਂ ਪਹਿਲਾਂ ਹੀ ਪੜ੍ਹਿਆ, ਇਸ ਵਾਸਤੇ ਹੁਣ ਨਹੀਂ ਮੈਂ ਪੜ੍ਹਿਆ। ਸੋ ਇਹਦੇ ਵਿੱਚ ਜਿਹੜੇ ਹਵਾਲੇ ਆਏ ਹਨ ਉਹ ਵੀ ਆਪ ਸੁਣੋਗੇ। ਰਾਗਮਾਲਾ ਦੇ ਸੰਬੰਧ ਵਿੱਚ ਵੀ ਇਹਦੇ ਵਿੱਚ ਨਿਰਣਾ ਲਿਖਿਆ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਗੋਇੰਦਵਾਲ ਦੇ ਸਾਰੇ ਪ੍ਰੇਮੀ ਸੰਗਤਾਂ ਸੱਜਣਾਂ ਨੂੰ ਮਿਲ ਲਿਆ ਅਤੇ ਹੁਣ 2 ਦਿਨ ਦਾ ਬਸਰਾਮ ਇੱਥੇ ਕਰਕੇ 3ਜੇ ਦਿਨ ਤਿਆਰੀ ਕੀਤੀ, ਮੋਹਰੀ ਨੂੰ ਕਿਹਾ ਵੀ ਹੁਣ ਅਸੀਂ ਪੋਥੀਆਂ ਲੈ ਕੇ ਜਾਣਾ, ਕਿਸੇ ਖਾਸੇ ਦਾ ਬੰਦੋਬਸਤ ਕਰਵਾ ਦਿਓ। ਇੱਕ ਬੜੀ ਸੁੰਦਰ ਪਾਲਕੀ ਚਾਂਦੀ ਨਾਲ ਮੜੀ ਹੋਈ ਤਿਆਰ ਸੀ। ਉਹ ਪਾਲਕੀ ਮੋਹਰੀ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਅਰਦਾਸਾ ਕਰਵਾ ਦਿੱਤੀ। ਸਤਿਗੁਰੂ ਜੀ ਨੇ ਗੁਰਬਾਣੀ ਦੀਆਂ 2 ਪੋਥੀਆਂ ਪਾਲਕੀ ਵਿੱਚ ਰੱਖੀਆਂ ਅਤੇ ਸਿੱਖਾਂ ਨੇ ਆਪਣੇ ਮੋਢਿਆਂ 'ਤੇ ਪਾਲਕੀ ਚੁੱਕ ਲਈ। ਗੁਰੂ ਅਰਜਨ ਦੇਵ ਜੀ ਨੇ ਆਪਣੇ ਕਰ ਕਵਲਾਂ ਵਿੱਚ ਚੌਰ ਲੈ ਲਿਆ ਅਤੇ ਨੰਗੇ ਪੈਰੀਂ ਚੌਰ ਕਰਦੇ ਕਰਦੇ ਗੋਇੰਦਵਾਲ ਤੋਂ ਚਾਲਾ ਪਾ ਦਿੱਤਾ। ਅੱਗੇ ਅੱਗੇ ਗੁਰੂ ਕੀ ਪਾਲਕੀ ਅਤੇ ਮਗਰ ਮਗਰ ਗੁਰੂ ਕੀਆਂ ਸਿੱਖ ਸੰਗਤਾਂ ਪ੍ਰੇਮੀ ਨੇਮੀ ਬੀਬੀਆਂ ਮਾਈਆਂ ਤੋਰਨ ਵਾਸਤੇ ਤੁਰੇ ਜਾ ਰਹੇ ਨੇ। ਜਿੱਥੇ ਦਮਦਮਾ ਸਾਹਿਬ ਗੁਰਦੁਆਰਾ ਹੈ ਨਾ, ਜਿੱਥੇ ਗੁਰੂ ਅਮਰਦਾਸ ਜੀ ਸਾਹ ਲੈਂਦੇ ਹੁੰਦੇ ਸੀ, ਗਾਗਰ ਜਲਦੀ ਲਿਆਉਂਦੇ ਆਉਂਦੇ ਜਾਂਦੇ, ਉੱਥੇ ਜਾ ਕੇ ਗੁਰੂ ਅਰਜਨ ਦੇਵ ਜੀ ਨੇ ਗੋਇੰਦਵਾਲ ਦੀ ਸਾਰੀ ਸੰਗਤ ਨੂੰ ਰੋਕ ਕੇ ਪਿਛਾਂ ਮੋੜ ਦਿੱਤਾ ਵੀ ਤੁਸੀਂ ਹੁਣ ਮੁੜ ਜਾਓ, ਅਸੀਂ ਹੁਣ ਸਹਿਜੇ ਸਹਿਜੇ ਆਪੇ ਪੜਾਅ 'ਤੇ ਪਹੁੰਚ ਜਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਅੱਗੇ ਚਲੇ ਜਾ ਰਹੇ ਨੇ ਅਤੇ ਗੁਰਦੇਵ ਨੇ ਵਿਚਾਰਿਆ ਵੀ ਖਡੂਰ ਸਾਹਿਬ ਰਾਹ ਵਿੱਚ ਆਉਣਾ, ਇੱਥੇ ਵੀ ਗੁਰੂ ਅੰਗਦ ਦੇਵ ਜੀ ਦਾ ਦੋਹਰਾ ਹੈ, ਦਰਸ਼ਨ ਕਰਕੇ ਚੱਲਾਂਗੇ। ਕਿਉਂ, ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜੋਤੀ ਜੋਤ ਖਡੂਰ ਵਿੱਚ ਸਮਾਉਣਾ ਹੋਇਆ ਅਤੇ ਉੱਥੇ ਹੀ ਗੁਰੂ ਅੰਗਦ ਦੇਵ ਜੀ ਦਾ ਸੰਸਕਾਰ ਕੀਤਾ ਸਿੱਖ ਸੰਗਤਾਂ ਨੇ। ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਗੱਦੀ ਦੇ ਕੇ ਕਰਤਾਰਪੁਰ ਸਾਹਿਬ ਤੋਂ ਆਪਣੇ ਸੇਵਕ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਕੇ ਕਿਹਾ ਸੀ ਵੀ ਇੱਥੇ ਸ੍ਰੀ ਚੰਦ ਲਖਮੀ ਦਾਸ ਈਰਖਾ ਕਰਨਗੇ, ਤੂੰ ਪੁਰਖਾ ਆਪਣੇ ਨਗਰ ਚਲਾ ਜਾ। ਅਤੇ ਖਡੂਰ ਸਾਹਿਬ ਵਿੱਚ ਆ ਕੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਸੰਗਤਾਂ ਨੂੰ ਤਾਰਿਆ, ਭਾਗ ਲਾਏ। ਬੇਅੰਤ ਲੰਮੀ ਕਥਾ ਹੈ। ਗੁਰੂ ਅਰਜਨ ਦੇਵ ਜੀ ਪੋਥੀਆਂ ਲੈ ਕੇ ਸਮੇਤ ਪਾਲਕੀ ਦੇ ਬੜੀ ਸਜ ਧਜ ਨਾਲ ਨਰਸਿੰਘੇ ਵੱਜਦੇ ਆਉਂਦੇ ਨੇ, ਘੜਿਆਲ ਵੱਜ ਰਹੇ ਹਨ, ਕੋਲਾਹਲ ਹੋ ਰਿਹਾ ਹੈ। ਜਿਸ ਵੇਲੇ ਖਡੂਰ ਵਿੱਚ ਪਹੁੰਚੇ ਤਾਂ ਖਡੂਰ ਦੀਆਂ ਸਿੱਖ ਸੰਗਤਾਂ ਨੂੰ ਬੜਾ ਚਾਅ ਚੜ੍ਹਿਆ। ਅਗਲਵੰਡੀ ਹੋ ਕੇ ਮਿਲੀਆਂ, ਕੋਈ ਦੁੱਧ ਲਿਆਇਆ,
ਕੋਈ ਆਟਾ ਲਿਆਇਆ, ਕੋਈ ਬਸਤਰ ਲਿਆਇਆ, ਕੋਈ ਮਾਇਆ ਲਿਆ ਕੇ ਅਰਪਣ ਕਰਦਾ। ਸਤਿਗੁਰੂ ਜੀ ਨੇ ਸਿੱਧਾ ਜਿੱਥੇ ਦੋਹਰਾ ਸੀ ਉੱਥੇ ਜਾ ਕੇ ਆਸਣ ਕੀਤਾ, ਪਾਲਕੀ ਰੱਖੀ। ਸਿੱਖ ਸੰਗਤਾਂ ਨੇ ਗੁਰੂ ਜੀ ਦੇ ਚਰਨ ਪਰਸੇ। ਇੱਥੇ ਹੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪੁੱਤਰ ਵੱਸਦੇ ਹਨ। ਇੱਕ ਦਾ ਨਾਮ ਦਾਤੂ ਹੈ, ਇੱਕ ਦਾ ਨਾਮ ਦਾਸੂ ਹੈ। ਇਹ ਦੋਵੇਂ ਪੁੱਤਰ ਰਹਿੰਦੇ ਸਨ ਇੱਥੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਿਮਾ ਸੁਣ ਕਰਕੇ ਅਤੇ ਮਨ ਵਿੱਚ ਵਿਚਾਰਿਆ ਦਾਤੂ ਨੇ ਕਿ ਮਨਾ, ਹੁਣ ਮੇਰੇ ਭਲੇ ਦਾ ਸਮਾਂ ਆ ਗਿਆ। ਜੋ ਮੇਰੇ ਪਾਸੋਂ ਅਵੱਗਿਆ ਹੋਈ ਉਸ ਦੀ ਹੁਣ ਖਿਮਾ ਮੰਗ ਲਵਾਂ ਮੈਂ। ਗੁਰੂ ਦੇ ਚਰਨ ਪਰਸ ਕੇ ਆਪਣੇ ਕੀਤੇ ਹੋਏ ਪਾਪਾਂ ਦਾ ਪ੍ਰਾਸ਼ਚਿੰਤ, ਮਨੁੱਖ ਨੂੰ ਕਈ ਵੇਰੇ ਆਪਣੇ ਕੀਤੇ ਹੋਏ ਪਾਪਾਂ ਦਾ ਪ੍ਰਾਸ਼ਚਿੰਤ ਕਰਨ ਦਾ ਵੀ ਸਮਾਂ ਨਹੀਂ ਮਿਲਦਾ। ਜਦੋਂ ਭਾਗ ਜਾਗਦੇ ਨੇ ਉਦੋਂ ਹੀ ਮਨੁੱਖ ਪਛਤਾਵਾ ਕਰਦਾ, ਫਿਰ ਉਹਦੇ ਬਾਬਤ ਕੁਝ ਕਰਦਾ ਵੀ ਮੇਰੇ ਕੋਲੋਂ ਇਹ ਕੁਕਰਮ ਹੋ ਗਿਆ। ਜਿਸ ਵੇਲੇ ਦਾਤੂ ਨੂੰ ਪਤਾ ਲੱਗਾ ਅਤੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਚੱਲ ਕੇ ਆਇਆ, ਕੁਝ ਭੇਟਾ ਵੀ ਲਿਆਇਆ, ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ ਅਤੇ ਸੰਗਤ ਵਿੱਚ ਬੈਠ ਗਿਆ। ਮਰਿਆਦਾ ਰੱਖਣ ਵਾਲੇ ਗੁਰੂ ਅਰਜਨ ਦੇਵ ਜੀ ਨੇ ਉੱਠ ਕੇ ਸਨਮਾਨ ਕੀਤਾ ਕਿ ਤੁਸੀਂ ਸਾਡੇ ਵੱਡਿਆਂ ਤੋਂ ਵੱਡੇ ਗੁਰਦੇਵ ਦੇ ਸਾਹਿਬਜ਼ਾਦੇ ਹੋ, ਇਸ ਵਾਸਤੇ ਤੁਹਾਡਾ ਅਦਬ ਕਰਨਾ ਹੀ ਬਣਦਾ ਹੈ। ਨਹੀਂ ਸਤਿਗੁਰੂ, ਤੁਸੀਂ ਵੱਡੇ ਹੋ, ਅਸੀਂ ਤਾਂ ਤੁੱਛ ਹਾਂ, ਸੰਸਾਰੀ ਜੀਵ ਹਾਂ। ਆਪ ਬ੍ਰਹਮ ਕੋਟੀ ਵਿੱਚ ਵਿਚਰਨ ਵਾਲੇ ਹੋ, ਅਸੀਂ ਜੀਵ ਕੋਟੀ ਵਿੱਚ ਹਾਂ। ਤਰਲਾ ਲੈ ਕੇ ਮਿੰਨਤ ਕੀਤੀ, ਮਹਾਰਾਜ ਮੇਰੇ 'ਤੇ ਦਇਆ ਕਰੋ। ਜਾਣੀ ਜਾਣ ਸਤਿਗੁਰੂ ਜੀ ਜਾਣਦੇ ਸਨ, ਪਰ ਹੋਰ ਲੋਕਾਂ ਦਾ ਭਲਾ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਨਾਲ ਜੋ ਅੰਮ੍ਰਿਤਸਰ ਤੋਂ ਸੰਗਤਾਂ ਆਈਆਂ ਸਨ ਉਹ ਵੀ ਸੁਣ ਲੈਣ। ਗੁਰਦੇਵ ਨੇ ਕਿਹਾ, ਆਪਣਾ ਸਾਰਾ ਬਿਰਤਾਂਤ ਖੋਲ੍ਹ ਕੇ ਦੱਸ। ਅਤੇ ਦਾਤੂ ਦੱਸਣ ਲੱਗਾ ਕਿ ਹੇ ਗਰੀਬ ਨਵਾਜ ਪਾਤਸ਼ਾਹ, ਮੈਂ ਬੜਾ ਦੁਖੀ ਹਾਂ, ਮੈਂ ਬੜਾ ਆਜਿਜ਼ ਹਾਂ। ਭਾਗਵਤ ਪੁਰਾਣ ਵਿੱਚ 18 ਨਰਕਾਂ ਦਾ ਸੰਵਾਦ ਆਇਆ ਵੀ 18 ਤਰ੍ਹਾਂ ਦੇ ਨਰਕ ਹਨ। ਸੂਚੀ ਖੰਡ, ਧਾਰ, ਸੂਲੀ, ਗੰਦਕੀ, ਅਪਾਰ, ਕੀਟ, ਕੁੰਭੀ, ਗੁੜ, ਕੜਾ, ਜੀਵ, ਕਰਤ, ਪੁਕਾਰ ਹੈ, ਪੈਸਾ, ਤੇਜ, ਜੰਤਰ ਕ੍ਰਿਤ, ਬੰ ਜੰਤਰ ਬਿਨ ਮੰਤਰ ਹੈ, ਰੌਰਵ ਕੇ ਅੰਤਰ ਜੀਵ, ਜਰਤ ਹਜ਼ਾਰ ਹੈ, ਸ਼ਿਕਾ ਹੈ ਬਦਨ ਬਾਲੂ ਤਪਤ ਕਦਨ, ਆਚ ਕੰਡ ਲੋਹ ਕੰਮ, ਐਸੀ ਜਾਂ ਵਿਸ਼ਨ ਸਿੰਘ, ਕਹੇ ਕੌਣ ਪਾਰੂ ਹੈ। ਕਿਹੜਾ ਪਾਪ ਕਰਨ ਤੋਂ ਕਿਹੜਾ ਨਰਕ ਮਿਲਦਾ ਅਤੇ ਕਿਹੜੇ ਕਿਹੜੇ ਪਾਪਾਂ ਦੀ ਨਿਵਿਰਤੀ ਕਿਹੜੇ ਕਿਹੜੇ ਪੁੰਨਾਂ ਨਾਲ ਹੁੰਦੀ, ਇਹ ਧਰਮ ਗ੍ਰੰਥਾਂ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ। ਕਿਹੜੇ ਬੰਦੇ ਮਰਨ ਦੇ ਬਾਅਦ ਨਰਕਾਂ ਨੂੰ ਜਾਣਗੇ ਅਤੇ ਕਿਹੜੇ ਬੰਦੇ ਸਵਰਗਾਂ ਨੂੰ ਜਾਣਗੇ, ਇਹ ਵੀ ਪੁਸਤਕਾਂ ਦੇ ਪੜ੍ਹਨ ਤੋਂ ਮਨੁੱਖ ਨੂੰ ਗਿਆਨ ਹੁੰਦਾ ਹੈ। ਪਰ ਫਿਰ ਵੀ ਜੀਵ ਕਈ ਵੇਰ ਜਾਣ ਬੁੱਝ ਕੇ ਕੁਕਰਮ ਕਰਦਾ।
ਮਨੁੱਖ ਸਾਰੀ ਗੱਲ ਜਾਣਦਾ ਹੋਇਆ ਵੀ ਜਾਣਤ ਹੀ ਔਗੁਣ ਕਰੇ, ਜਾਣ ਬੁੱਝ ਕੇ ਵੀ ਗੁਨਾਹ ਕਰਦਾ। ਸਤਿਗੁਰੂ ਪਾਤਸ਼ਾਹ ਜਿਸ ਵੇਲੇ ਸਾਡੇ ਪਿਤਾ ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਗੁਰੂ ਅਮਰਦਾਸ ਨੂੰ ਦੇ ਦਿੱਤੀ ਅਤੇ ਸਾਡੇ ਕੋਲੋਂ ਗੁਰੂ ਦਾ ਬਚਨ ਨਾ ਮੰਨਿਆ ਗਿਆ ਪਿਤਾ ਜੀ ਦਾ, ਸਤਿਗੁਰੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਭੇਜ ਦਿੱਤਾ ਅਤੇ ਅਸੀਂ ਖਡੂਰ ਵਿੱਚ ਦੋਵੇਂ ਭਰਾ ਰਾਜ ਕਰਨ ਲੱਗੇ। ਪਰ ਸਾਨੂੰ ਤਾਂ ਕੋਈ ਮੱਥਾ ਨਾ ਟੇਕੇ, ਭੇਟਾ ਆਉਣੀ ਤਾਂ ਕਿਧਰੇ ਰਹੀ, ਪਰ ਗੋਇੰਦਵਾਲ ਵਿੱਚ ਗਹਿਮਾ ਗਹਿਮ ਹੋ ਗਈ। ਸਿੱਖ ਸੰਗਤਾਂ ਆਉਣ ਲੱਗੀਆਂ, ਗੁਰੂ ਅਮਰਦਾਸ ਜੀ ਦੀ ਪੂਜਾ ਹੋਣ ਲੱਗੀ ਅਤੇ ਸਤਿਗੁਰੂ ਤੀਜਾ ਪਾਤਸ਼ਾਹ ਤਖ਼ਤ ਸਿੰਘਾਸਣ ਦਾ ਮਾਲਕ ਬਣ ਕੇ ਗੱਦੀ ਲਾ ਕੇ ਸਿੱਖ ਸੰਗਤਾਂ ਵਿੱਚ ਬੈਠੇ ਸਿਰ ਉੱਤੇ ਚੌਰ ਝੁੱਲ ਰਿਹਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਲੱਖਾਂ ਲੋਕ ਨਮਸਕਾਰਾਂ ਕਰਦੇ ਸਨ। ਹੇ ਸਤਿਗੁਰੂ, ਮੇਰੇ ਕੋਲੋਂ ਈਰਖਾ ਦੀ ਅੱਗ ਵਿੱਚ ਸੜੇ ਹੋਏ ਤੋਂ ਗੁਰੂ ਜੀ ਦੀ ਚੜ੍ਹਦੀ ਕਲਾ ਜਰੀ ਨਾ ਗਈ ਅਤੇ ਮੈਂ ਮਨ ਵਿੱਚ ਵਿਚਾਰਿਆ ਕੁਝ ਮੈਨੂੰ ਕੁਸੰਗ ਹੋ ਗਿਆ। ਕੁਸੰਗ ਦੀ ਸੰਗਤ ਬਹੁਤ ਬੁਰੀ ਮੰਨੀ ਮਹਾਂਪੁਰਸ਼ਾਂ ਨੇ, ਪਏ ਜਿਹੜੇ ਕੁਸੰਗੀ ਬੰਦੇ ਨੇ ਚੁੱਕਣਾ ਦੇਣ ਵਾਲੇ ਉਹ ਤੇ ਪੱਥਰ ਪਾੜ ਕੇ ਰੱਖ ਦਿੰਦੇ ਨੇ। ਦੋ ਧਰਾਂ ਨੂੰ ਵੱਖ ਵੱਖ ਕਰਨਾ ਤੇ ਉਹਨਾਂ ਵਾਸਤੇ ਮਾਮੂਲੀ ਜੀ ਗੱਲ ਹੈ। ਕੁਝ ਲੋਕਾਂ ਦਾ ਪ੍ਰੇਰਿਆ ਹੋਇਆ ਮੇਰੀ ਮੱਤ ਵਿਗੜ ਗਈ ਅਤੇ ਪਤਾ ਹੁੰਦਿਆਂ ਹੋਇਆ ਵੀ ਮੇਰੇ ਹੀ ਪਿਤਾ ਨੇ ਇਹਨਾਂ ਨੂੰ ਆਪਣੇ ਹੱਥੀਂ ਗੁਰਿਆਈ ਦਿੱਤੀ ਹੈ, ਮੈਂ ਉਹਨਾਂ ਦਾ ਵਿਰੋਧੀ ਬਣ ਗਿਆ। ਮੈਂ ਕੋਈ 10 ਬੰਦੇ ਨਾਲ ਲੈ ਲਏ, ਉਹਨਾਂ ਨੇ ਕਿਹਾ ਅਸੀਂ ਤੇਰੀ ਥਾਂ 'ਤੇ ਲੜਨ ਮਰਨ ਨੂੰ ਤਿਆਰ ਹਾਂ, ਆਪਾਂ ਕੋਈ ਯਤਨ ਕਰੀਏ। ਕਹਿੰਦਾ ਮੈਂ ਸੋਚਿਆ ਵੀ ਗੁਰੂ ਅਮਰਦਾਸ ਨੂੰ ਮਰਵਾ ਦਈਏ ਅਤੇ ਗੱਦੀ ਦੇ ਮਾਲਕ ਆਪਾਂ ਬਣ ਜਾਈਏ। ਇਹ ਯਤਨ ਤਾਂ ਮੇਰਾ ਕਾਮਯਾਬ ਨਾ ਹੋਇਆ। ਮੈਂ ਫਿਰ ਕੁਝ ਬੰਦਿਆਂ ਨੂੰ ਨਾਲ ਲੈ ਕੇ ਗਿਆ ਵੀ ਚਲੋ ਆਪਾਂ ਡੇਰੇ 'ਤੇ ਕਬਜ਼ਾ ਕਰ ਲਾਂਗੇ ਅਤੇ ਗੁਰੂ ਨੂੰ ਦਬਕਾ ਮਾਰ ਕੇ ਕੱਢ ਦਿਆਂਗੇ। ਜਿਸ ਵੇਲੇ ਗੋਇੰਦਵਾਲ ਮੈਂ ਜਾ ਕੇ ਤੱਕਿਆ ਅਤੇ ਗੁਰੂ ਅਮਰਦਾਸ ਸਿੰਘਾਸਣ 'ਤੇ ਬੈਠੇ ਹੋਏ, ਅਨੇਕਾਂ ਸੰਗਤਾਂ ਚਰਨਾਂ ਵਿੱਚ ਢੇਰ ਲੱਗੇ ਹਨ ਵਸਤਰਾਂ ਦੇ, ਫਲਾਂ ਦੇ, ਵੰਨ ਸੁਵੰਨੀਆਂ ਮਠਿਆਈਆਂ ਲਿਆ ਲਿਆ ਕੇ ਲੋਕ ਮੱਥਾ ਟੇਕੀ ਜਾਂਦੇ। ਹੇ ਸਤਿਗੁਰੂ, ਗੁਰੂ ਅਰਜਨ ਦੇਵ ਜੀ ਮੇਰੇ ਕੋਲੋਂ ਜਰਿਆ ਨਾ ਗਿਆ, ਜਰਨਾ ਬੜਾ ਔਖਾ ਹੈ। ਸੋ ਜਿਸ ਵੇਲੇ ਜਰਿਆ ਨਾ ਗਿਆ ਤਾਂ ਮੈਂ ਲੰਬਿਓਂ ਹੋ ਕੇ ਗੁਰੂ ਅਮਰਦਾਸ ਜੀ ਦੀ ਵੱਖੀ ਦੇ ਵਿੱਚ ਲੱਤ ਮਾਰੀ ਅਤੇ ਜਿਉਂ ਹੀ ਮੈਂ ਲੱਤ ਮਾਰੀ ਗੁਰੂ ਅਮਰਦਾਸ ਜੀ ਸਿੰਘਾਸਣ ਤੋਂ ਭੁੰਜੇ ਡਿੱਗ ਪਏ ਅਤੇ ਭੁੰਜੇ ਡਿੱਗਦਿਆਂ ਗੁਰੂ ਨੇ ਸਰਾਫ ਨਹੀਂ ਦਿੱਤਾ ਵੀ ਤੇਰਾ ਰਵੇ ਕੱਖ ਨਾ, ਸਗੋਂ ਗੁਰੂ ਅਮਰਦਾਸ ਜੀ ਨੇ ਆਪਣੇ ਤਨ ਨੂੰ ਸੰਭਾਲਿਆ ਅਤੇ ਮੇਰੇ ਪੈਰ ਪਕੜ ਲਏ। ਕਹਿਣ ਲੱਗੇ ਕਿ ਦਾਤੂ, ਮੇਰਾ ਸਰੀਰ ਤੇਰੇ ਪਿਓ ਦੀ ਸੇਵਾ ਕਰ ਕਰਕੇ ਨਾ ਬੱਜਰ ਵਰਗਾ ਹੋ ਗਿਆ, ਪੱਥਰ ਵਰਗਾ, ਅਤੇ ਤੁਸੀਂ ਕਦੀ ਦੁੱਖ ਵੇਖਿਆ ਨਹੀਂ, ਦੁੱਧਾਂ ਮਲਾਈਆਂ ਨਾਲ ਪਲੇ ਜੇ, ਮੈਂ ਤਾਂ ਲੰਗਰ ਦੀ ਬਚੀ ਹੋਈ ਸੜੀ ਸੁੱਕੀ ਰੋਟੀ ਬਾਅਦ ਵਿੱਚ ਖਾਂਦਾ ਰਿਹਾ ਰਾਤ 11-12 ਵਜੇ,
ਜਦੋਂ ਸਾਰੀ ਸੰਗਤ ਲੰਗਰ ਛੱਕ ਕੇ ਚਲੇ ਜਾਂਦੀ ਸੀ ਅਤੇ ਉਦੋਂ ਮਗਰੋਂ ਜਿਹੜੀ ਰੋਟੀ ਬਚਦੀ ਸੀ ਉਹ ਖਾ ਲੈਣੀ, ਰਾਤ ਵੀ ਜਾਗਦੇ ਰਹਿਣਾ, ਦਿਨੇ ਵੀ ਜਾਗਦੇ ਰਹਿਣਾ। ਮੇਰਾ ਸਰੀਰ ਕਠੋਰ ਆ ਅਤੇ ਤੁਹਾਡੇ ਚਰਨ ਬੜੇ ਕੋਮਲ ਨੇ, ਮਹਾਰਾਜ ਤੁਹਾਡੇ ਚਰਨਾਂ ਨੂੰ ਦਰਦ ਹੋਈ ਹੋਵੇਗੀ, ਤੁਸੀਂ ਚੰਗਾ ਕੀਤਾ, ਮੈਨੂੰ ਚਾਹੀਦਾ ਸੀ ਤੁਹਾਡੇ ਆਉਣ 'ਤੇ ਉੱਠ ਕੇ ਖੜ੍ਹੇ ਹੋ ਜਾਣਾ ਆਦਰ ਵਿੱਚ, ਮੈਂ ਉੱਠ ਕੇ ਨਹੀਂ ਖਲੋਤਾ, ਗੁਰਿਆਈ ਗੱਦੀ ਦੇ ਮਾਣ ਵਿੱਚ ਹੀ ਬੈਠਾ ਰਿਹਾ, ਤੁਸੀਂ ਚੰਗਾ ਕੀਤਾ ਕਿ ਮੈਨੂੰ ਸੁਚੇਤ ਕਰ ਦਿੱਤਾ। ਗੁਰੂ ਅਮਰਦਾਸ ਨੇ ਤਾਂ ਇੱਦਾਂ ਕਿਹਾ ਅਤੇ ਦਾਤੂ ਨੇ ਅੱਗੋਂ ਕੁਬਚਨ ਬੋਲੇ ਵੀ ਚੰਗੀ ਗੱਲ ਇਹ ਆ, ਇਹੋ ਜਿਹੇ ਨਖਰੇ ਮੈਨੂੰ ਨਹੀਂ ਚੰਗੇ ਲੱਗਦੇ, ਉੱਤੋਂ ਪੋਚੇ ਪਾਉਣੇ ਅਤੇ ਢਿੱਡੋਂ ਕਪਟ ਰੱਖਣਾ, ਮੇਰੇ ਪਿਓ ਨੂੰ ਮਗਰ ਲਾ ਕੇ ਗੱਦੀ ਸਾਂਭ ਕੇ ਬਹਿ ਕੇ ਜਿੱਧਰ ਜੀ ਕਰਦਾ ਚਲੇ ਜਾਓ ਇੱਥੋਂ, ਮਾਲਕ ਮੈਂ ਹਾਂ। ਜਦੋਂ ਇਹ ਵਾਰਤਾ ਹੋਈ ਅਤੇ ਅੱਧੀ ਰਾਤ ਦੇ ਸਮੇਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਤਿਆਗ ਦਿੱਤਾ, ਕੋਈ ਪ੍ਰਾਪੋ ਗੰਡਾ ਨਹੀਂ ਕੀਤਾ, ਸਗੋਂ ਸੰਗਤ ਨੂੰ ਰੋਕ ਦਿੱਤਾ ਵੀ ਸੰਗਤ ਜੀ ਇਹਨੂੰ ਕਿਸੇ ਨੇ ਹੱਥ ਨਹੀਂ ਲਾਉਣਾ, ਜੇ ਗੁਰੂ ਮਾੜਾ ਜਿਹਾ ਇਸ਼ਾਰਾ ਕਰਦਾ ਤਾਂ ਮੈਂ ਜਿਉਂਦਾ ਨਹੀਂ ਸਾਂ ਘਰ ਆ ਸਕਦਾ। ਪਰ ਗੁਰੂ ਜੀ ਨੇ ਵਰਜ ਦਿੱਤਾ, ਆਪਣਾ ਅਪਮਾਨ ਝੱਲ ਲਿਆ, ਬ੍ਰਹਮ ਗਿਆਨੀਆਂ ਦੇ ਲੱਛਣ ਨੇ, ਤੈਸਾ ਹਰਖ ਤੈਸਾ ਉਸ ਸੋਗ, ਜਿਹੜਾ ਮਾਨ ਅਤੇ ਅਪਮਾਨ ਨੂੰ ਇੱਕੋ ਜਿਹਾ ਸਮਝਦਾ, ਸੋਨਾ ਅਤੇ ਮਿੱਟੀ ਜਿਹਨੂੰ ਇੱਕੋ ਜਿਹਾ, ਭਾਵੇਂ ਕੋ ਫੁੱਲਾਂ ਦੀ ਮਾਲਾ ਪਾ ਜਾਵੇ ਭਾਵੇਂ ਛਿੱਤਰਾਂ ਦਾ ਹਾਰ ਪਾ ਜਾਵੇ, ਉਹਨਾਂ ਦਾ ਅਪਮਾਨ ਹੁੰਦਾ ਹੀ ਨਹੀਂ। ਲੱਖਾਂ ਬੰਦੇ ਜਸ ਕਰੀ ਜਾਣ, ਕਰੋੜਾਂ ਬੰਦੇ ਨਿੰਦਿਆ ਕਰੀ ਜਾਣ, ਕੋਈ ਫਰਕ ਨਹੀਂ ਪੈਂਦਾ ਸੱਚ ਨੂੰ। ਅੱਧੀ ਰਾਤ ਦੇ ਸਮੇਂ ਗੁਰੂ ਅਮਰਦਾਸ ਜੀ ਅਲੋਪ ਹੋ ਗਏ, ਚਲੇ ਗਏ, ਸਭੋ ਕੁਝ ਛੱਡ ਕੇ ਚਲੇ ਗਏ। ਅਤੇ ਮੈਂ ਫਿਰ ਅਗਲੇ ਦਿਨ ਗੱਦੀ ਲਾ ਕੇ ਬੈਠਾ ਗੋਇੰਦਵਾਲ ਵਿੱਚ ਗੁਰੂ ਬਣ ਕੇ, ਅਤੇ ਆਪਣੇ ਪਹਿਰੇਦਾਰ ਜਿਹੜੇ ਨਾਲ ਦੇ ਸੀ ਨਾ ਉਹਨਾਂ ਨੂੰ ਖੜ੍ਹਾ ਕੀਤਾ, ਪਰ ਸਾਰੀਆਂ ਸੰਗਤਾਂ ਚਲੇ ਗਈਆਂ ਆਪੋ ਆਪਣੇ ਘਰਾਂ ਨੂੰ, ਜਿਹੜੇ ਡੇਰੇ 'ਚ ਰਹਿਣ ਵਾਲੇ ਸੀ ਉਹ ਵੀ ਲਾਂਭੇ ਹੋ ਕੇ ਬਹਿ ਗਏ, ਨਾ ਕੋਈ ਲੰਗਰ ਪਕਾਵੇ, ਨਾ ਕੋਈ ਮੱਥਾ ਟੇਕਣ ਵਾਸਤੇ ਆਵੇ। ਮੈਂ ਸੋਚਿਆ ਵੀ ਗੁਰੂ ਬਣਨ ਖੁਣੋਂ ਕੀ ਥੁੜਿਆ ਜੇ ਕਿਸੇ ਨੇ ਮੱਥਾ ਹੀ ਨਹੀਂ ਟੇਕਣਾ। ਦੋ ਦਿਨ ਮੈਂ ਵੇਖਿਆ, ਤੀਜੇ ਦਿਨ ਮੈਂ ਨਾਲਦਿਆਂ ਨੂੰ ਕਿਹਾ ਵੀ ਜਿਹੜਾ ਕੋਈ ਸਾਜੋ ਸਮਾਨ ਆ ਲੱਦ ਲਓ ਅਤੇ ਚਲੀਏ ਖਡੂਰ ਨੂੰ। ਸਾਰਾ ਸਾਜੋ ਸਮਾਨ ਜਿਹੜਾ ਕੀਮਤੀ ਸੀ ਨਾ ਡੇਰੇ ਦਾ, ਪੁਸ਼ਾਕੇ, ਵਸਤਰ, ਕੱਪੜੇ, ਭਾਂਡੇ, ਉਹ ਲੱਦ ਲੈ ਮਾਇਆ ਲੱਦ ਲਈ ਜਿਹੜੀ ਹੱਥ ਲੱਗੀ, ਅਤੇ ਤੁਰ ਪਏ ਸ਼ਾਮਾਂ ਜੀਆਂ ਦੇ ਸਮੇਂ। ਅਤੇ ਜਿਸ ਵੇਲੇ ਅੱਧ ਵਿਚਾਲੇ ਮਹਾਰਾਜ ਮੈਂ ਆਇਆ ਨਾ, ਅਤੇ ਅੱਗੋਂ ਚੋਰ ਪੈ ਗਏ, ਉਹਨਾਂ ਚੋਰਾਂ ਨੇ ਨਾਲੇ ਅਤੇ ਮੇਰੀ ਭੁਗਤ ਸਵਾਰੀ, ਨਾਲੇ ਸਾਰਾ ਮਾਲ ਮੱਤਾ ਖੋਹ ਲਿਆ। ਮਸਾਂ ਮਸਾਂ ਮੈਂ ਸ਼ਰਮ ਦਾ ਮਾਰਿਆ, ਘਰ ਆ ਕੇ ਵੜਿਆ। ਜਿਸ ਟਾਈਮ ਤੋਂ
ਗੁਰੂ ਅਰਜਨ ਦੇਵ ਮਹਾਰਾਜ ਦਇਆ ਦੇ ਘਰ ਵਿੱਚ ਆ ਗਏ ਅਤੇ ਆਪਣਾ ਕਰ ਕਵਲ ਹੱਥ ਜਿਹੜਾ ਸੀ ਨਾ ਉਹ ਦਾਤੂ ਦੀ ਉਸ ਲੱਤ ਦੇ ਉੱਤੇ ਗੁਰੂ ਜੀ ਨੇ ਫੇਰਤਾ। ਜਦੋਂ ਗੋਡੇ ਤੋਂ ਲੈ ਕੇ ਥੱਲੇ ਪੈਰ ਤੱਕ ਹੱਥ ਫੇਰਿਆ ਅਤੇ ਨਾਲ ਹੀ ਜਿਵੇਂ ਬਿਜਲੀ ਅਸਰ ਕਰਦੀ ਆ ਉਸੇ ਵੇਲੇ ਉਹਦੇ ਲੱਤ ਦੀ ਪੀੜ ਹਟ ਗਈ। ਸਤਿਗੁਰੂ ਦੇ ਚਰਨਾਂ 'ਤੇ ਢਹਿ ਪਿਆ, ਕਹਿੰਦਾ ਮਹਾਰਾਜ ਹੁਣ ਜ਼ਿੰਦਗੀ ਭਰ ਮੈਂ ਕਦੀ ਗਲਤੀ ਨਹੀਂ ਕਰਾਂਗਾ, ਗੁਰੂ ਘਰ ਨਾਲ ਕਦੀ ਅੜੂੰਗਾ ਨਹੀਂ। ਕਿਉਂ? ਗੁਰੂ ਘਰ ਵਿੱਚ ਬਲ ਹੀ ਇੰਨਾ ਹੈ ਕਿ ਜਿਹੜਾ ਅੜਦਾ ਹੈ ਉਹ ਢਹਿੰਦਾ ਹੈ। ਜਿਹੜੇ ਦਰਖਤ ਵੱਡੇ ਵੱਡੇ ਹੁੰਦੇ ਨੇ ਨਾ ਸੁੱਕੇ ਹੋਏ ਝੁਕਦੇ ਨਹੀਂ, ਉਹ ਟੁੱਟ ਜਾਂਦੇ ਹਨੇਰੀਆਂ ਨਾਲ। ਜਿਹੜੇ ਰੁੱਖ ਝੁਕ ਜਾਂਦੇ ਨੇ, ਹਵਾ ਦੇ ਬੁੱਲੇ ਆਉਂਦੇ ਨੇ, ਤੂਫਾਨ ਆਉਂਦੇ ਨੇ, ਉਹ ਫਿਰ ਵੀ ਆਬਾਦ ਰਹਿੰਦੇ ਨੇ। ਜਿਹਨੂੰ ਝੁਕਣਾ ਨਹੀਂ ਆਇਆ ਉਹਨੂੰ ਗੁਰੂ ਘਰੋਂ ਮਿਲਦਾ ਵੀ ਕੁਝ ਨਹੀਂ। ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਰ ਵੀ ਇੱਥੇ ਕੌਂਤਕ ਕੀਤੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾਤੂ ਦੇ ਭਰਾ ਦਾਸੂ ਨੂੰ ਵੀ ਮਿਲੇ, ਉਹਨੇ ਵੀ ਗੁਰੂ ਪਾਤਸ਼ਾਹ ਜੀ ਦਾ ਬੜਾ ਧੰਨਵਾਦ ਅਤੇ ਸਵਾਗਤ ਕੀਤਾ। ਲੰਗਰ ਪਾਣੀ ਛਕ ਕੇ ਗੁਰੂ ਜੀ ਨੇ ਰਾਤ ਇੱਥੇ ਹੀ ਬਸਰਾਮ ਰੱਖਿਆ ਅਤੇ ਅਗਲੇ ਭਲਕ ਕੜਾ ਪ੍ਰਸ਼ਾਦ ਦੀ ਦੇਗ ਬਣਾਈ ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਜਿੱਥੇ ਜੋਤੀ ਜੋਤ ਸਮਾਏ ਅਤੇ ਸੰਸਕਾਰ ਹੋਇਆ ਉਸ ਜਗ੍ਹਾ 'ਤੇ ਰੱਖ ਕੇ ਅਰਦਾਸ ਕੀਤੀ। ਪਹਿਲਾਂ ਮੈਨੂੰ ਕਾਲੀਆਂ ਦਾ ਰੰਗ ਚੜ੍ਹਿਆ ਨਾ ਅਤੇ ਬੜਾ ਕੱਟਰ ਹੁੰਦਾ ਸਾਂ ਵੀ ਉੱਥੇ ਮੱਥਾ ਹੀ ਨਹੀਂ ਟੇਕਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਨਹੀਂ। ਕਈ ਵਾਰਾਂ ਹਰਿਮੰਦਰ ਸਾਹਿਬ ਜਾਣਾ ਅੰਮ੍ਰਿਤ ਵੇਲੇ ਅਤੇ ਅਜੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਹੀਂ ਆਈ, ਰਾਗੀ ਰਾਗ ਕਰਦੇ ਨੇ ਅਤੇ ਉੱਦਾਂ ਹੀ ਬਹਿ ਜਾਣਾ ਜਾ ਕੇ। ਕਈਆਂ ਲੋਕਾਂ ਦਾ ਸੁਭਾਅ ਹੁੰਦਾ ਵੀ ਮੱਥਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ, ਹੁਣ ਗੁਰੂ ਗ੍ਰੰਥ ਸਾਹਿਬ ਹੈ ਨਹੀਂ ਅਤੇ ਇੱਥੇ ਪਾਲਕੀ ਨੂੰ ਮੱਥਾ ਟੇਕੀਏ, ਇਹ ਉਹਨਾਂ ਦੀ ਮੂਰਖਤਾ ਵਾ। ਕੁਝ ਚਿਰ ਦੇ ਬਾਅਦ ਇਸ ਗੱਲ ਦੀ ਸਮਝ ਆਉਂਦੀ ਹੈ ਵੀ ਜਿਸ ਜਗ੍ਹਾ 'ਤੇ ਗੁਰੂ ਦੇ ਚਰਨ ਪਏ ਨੇ ਨਾ ਉਹ ਜਗ੍ਹਾ ਵੀ ਪੂਜਣ ਯੋਗ ਹੈ। ਜਿੱਥੇ ਗੁਰੂ ਨਾਨਕ ਦੇਵ ਦਾ ਅਵਤਾਰ ਹੋਇਆ ਉੱਥੇ ਨਾਮ ਹੀ ਗੁਰੂ ਗ੍ਰੰਥ ਸਾਹਿਬ ਹੋਵੇ ਅਤੇ ਲੋਕਾਂ ਨੇ ਮੱਥਾ ਟੇਕਣਾ ਹੀ ਆ। ਜਿੱਥੇ ਦਸਾਂ ਪਾਤਸ਼ਾਹੀਆਂ ਨੇ ਚਰਨ ਪਾਏ ਨੇ ਉਹ ਸਾਰੀਆਂ ਥਾਵਾਂ ਵੀ ਪੂਜਣ ਯੋਗ ਨੇ। ਲੋਕ ਉਹਨਾਂ ਰੁੱਖਾਂ ਨੂੰ ਅਜੇ ਤੱਕ ਮੱਥਾ ਟੇਕਦੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਦਿੱਤੀ ਹੈ। ਅਜੇ ਤੱਕ ਉਹ ਰੁੱਖ ਕੁਰਲਾਹਟ ਪਾ ਪਾ ਕੇ ਆਵਾਜ਼ਾਂ ਦੇ ਕੇ ਕਹਿੰਦੇ ਨੇ। ਕਿਸੇ ਨੇ ਪੁੱਛਿਆ ਰੀਠੇ ਨੂੰ ਵੀ ਤੇਰਾ ਤਾਂ ਸੁਭਾਅ ਬੜਾ ਕੌੜਾ ਕੜੱਤਣ ਵਾਲਾ ਅਤੇ ਤੂੰ ਮਿੱਠਾ ਕਿਵੇਂ ਹੋ ਗਿਆ ਮਿੱਤਰਾ? ਕਦੀ ਰੁੱਖ ਨੂੰ ਵੀ ਕਿਸੇ ਨੇ ਸਾਹਿਬ ਕਿਹਾ ਅਤੇ ਲੋਕ ਰੀਠਾ ਸਾਹਿਬ ਕਹਿ ਕੇ ਤੇਰੀ ਪੂਜਾ ਕਰਦੇ ਨੇ ਅਤੇ ਅੱਗੋਂ ਰੀਠੇ ਦਾ ਰੁੱਖ ਕਹਿੰਦਾ ਵੀ ਮੈਂ ਸਾਹਿਬ ਨਹੀਂ, ਮੇਰੇ ਹੇਠ ਕਿਸੇ ਵੇਲੇ ਮੇਰਾ ਸਾਹਿਬ ਆ ਕੇ ਬੈਠਾ ਸੀ ਗੁਰੂ ਨਾਨਕ, ਅਤੇ ਜਿਸ ਰੇਠੇ ਦੇ ਹੇਠ ਗੁਰੂ ਨਾਨਕ ਦੇਵ ਜੀ ਬੈਠੇ ਨੇ ਉਹ ਰੇਠੇ ਨੂੰ ਅਜੇ ਤੱਕ ਵੀ ਰੇਠੇ ਮਿੱਠੇ ਹੀ ਲੱਗਦੇ ਨੇ। ਅਜੇ ਵੀ ਉੱਥੇ ਜਾ ਕੇ ਜਿਨ੍ਹਾਂ ਨੇ ਪ੍ਰਸ਼ਾਦ ਰੀਠਿਆਂ ਦਾ ਮਿਲਦਾ ਅਤੇ ਉਹ ਰੀਠਾ ਮੈਂ ਥੋੜ੍ਹੇ ਦਿਨ ਹੋਏ ਇੱਕ ਖਾਧਾ ਵੀ, ਇੱਕ ਪ੍ਰੇਮੀ ਲੈ ਕੇ ਆਇਆ ਸੀ, ਉਹਦਾ ਸਵਾਦ ਮਿੱਠਾ ਹੈ। ਦੁਨੀਆਂ ਵਿੱਚ ਜਿੰਨੇ ਰੇਠਿਆਂ ਦੇ ਰੁੱਖ ਨੇ ਸਾਰੇ ਕੌੜੇ ਨੇ, ਜ਼ਹਿਰ ਨਾਲੋਂ ਵੀ ਕੌੜੇ ਹਨ, ਅਤੇ ਅੱਜ ਲੋਕ ਰੀਠਾ ਸਾਹਿਬ ਕਰਕੇ ਉਸ ਨੂੰ ਮੰਨਦੇ ਨੇ।
ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬੇਰੀ ਦੇ ਹੇਠ ਬਹਿ ਕੇ ਆਸਣ ਲਾਇਆ। ਬੇਰੀ ਤੇ ਲੋਕਾਂ ਦੀ ਪੱਗ ਲਾ ਕੇ ਰੱਖ ਦਿੰਦੀ ਹੈ। ਬੇਰੀ ਦੇ ਰੁੱਖ ਨੂੰ ਲੋਕੀ ਚੰਗਾ ਨਹੀਂ ਸਮਝਦੇ, ਕਿੱਕਰ ਨੂੰ ਚੰਗਾ ਨਹੀਂ ਸਮਝਦੇ। ਅਜੇ ਘਰਾਂ 'ਚ ਦਾਤਣ ਕਰਨ ਲਈ ਕਿੱਕਰ ਕਹਿੰਦੇ ਵੀ ਕੋਈ ਨਹੀਂ, ਪਰ ਉਹਦੇ 'ਚ ਇੱਕ ਔਗਣੇ ਆ ਕੰਡੇ ਬੜੇ ਨੇ। ਕਿੱਕਰ ਦੀਆਂ ਸੂਲਾਂ ਦੇ ਕੰਡੇ ਵੱਜੇ ਛੇਤੀ ਨਿਕਲ ਜਾਂਦੇ, ਬੇਰੀ ਦੇ ਕੰਡੇ ਕੁੰਡਿਆਂ ਵਰਗੇ ਹੁੰਦੇ ਨੇ, ਉਹ ਖੁੱਬ ਜਾਣ 'ਤੇ ਨਿਕਲਦੇ ਨਹੀਂ। ਬੇਰੀ ਦੀ ਸੰਗਤ ਬੜੀ ਭੈੜੀ ਲਿਖੀ ਹੈ ਨੀਤੀ ਦੇ ਗ੍ਰੰਥਾਂ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ ਵੀ ਕੇਲੇ ਦਾ ਅਤੇ ਬੇਰੀ ਦਾ ਸੰਗ ਹੋ ਗਿਆ, ਅਤੇ ਬੇਰੀ ਦੇ ਮਨ ਅੰਦਰ ਕੋਈ ਦੁਆਇਸ਼ ਨਹੀਂ ਵੀ ਮੈਂ ਕੇਲੇ ਨੂੰ ਚੀਰ ਦੇਣਾ। ਉਹ ਝੂਲੇ ਉਹ ਚੀਰ ਗਏ। ਕਹਿੰਦੇ ਜਦੋਂ ਕੇਲੇ ਦੇ ਪੱਤੇ ਝੁੱਲਦੇ ਨੇ ਨਾ, ਅਤੇ ਬੇਰੀ ਦੇ ਰੁੱਖ ਦੇ ਨਾਲ ਮਾੜੇ ਜੇ ਵੀ ਟਕਰਾ ਜਾਣ, ਅਤੇ ਬੇਰੀ ਦਾ ਕੰਡਾ ਲੀਰ ਲੀਰ ਕਰ ਦਿੰਦਾ ਕੇਲੇ ਦੇ ਪੱਤਿਆਂ ਨੂੰ। ਇਸੇ ਤਰ੍ਹਾਂ ਸਾਖਤ ਦੀ ਸੰਗਤ ਤੋਂ ਬਚਣ ਵਾਸਤੇ ਸਿੱਖਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਵੀ ਸਾਖਤ ਬੰਦੇ ਦੇ ਕੋਲ ਬਵੇਗਾ ਨਾ ਜਿਹੜਾ ਸ਼ਰਧਾ ਤੋਂ ਹੀਣਾ ਹੈ, ਅਤੇ ਤੇਰੇ ਮਨ ਨੂੰ ਵੀ ਉਹਨੇ ਸ਼ਰਧਾ ਤੋਂ ਹੀਣਾ ਹੀ ਕਰ ਦੇਣਾ। ਫਲ ਤਾਂ ਇੱਥੇ ਸ਼ਰਧਾ ਨੂੰ ਲੱਗਣਾ। ਦੇਖੋ ਤੁਸੀਂ ਉਹ ਬੇਰ ਸਾਹਿਬ ਗੁਰਦੁਆਰਾ ਕਿੰਨੀ ਵੱਡੀ ਇਮਾਰਤ ਬਣੀ ਧੰਨ ਗੁਰੂ ਨਾਨਕ ਦੇਵ ਜੀ ਦੀ ਯਾਦ ਦੇ ਵਿੱਚ। ਲੋਕ ਰੁੱਖਾਂ ਨੂੰ ਅਜੇ ਤੱਕ ਮੰਨ ਰਹੇ ਨੇ, ਉਸ ਧਰਤੀ ਨੂੰ ਨਮਸਕਾਰਾਂ ਹੁੰਦੀਆਂ ਜਿੱਥੇ ਦਸਾਂ ਗੁਰੂਆਂ ਦੇ ਚਰਨ ਪਏ, ਜਿੱਥੇ ਦਸਾਂ ਗੁਰੂਆਂ ਦਾ ਪ੍ਰਕਾਸ਼ ਹੋਇਆ, ਜਿੱਥੇ ਗੁਰਗੱਦੀ ਮਿਲੀ, ਜਿੱਥੇ ਜੋਤੀ ਜੋਤ ਸਮਾਏ, ਉਹ ਸਥਾਨ ਸਾਡੇ ਪੂਜਣ ਯੋਗ ਹਨ, ਸਨਮਾਨ ਯੋਗ ਹਨ। ਸ਼ਰਧਾ ਵਧਾਉਣ ਵਾਲੇ ਕੰਮ ਕਰਨੇ ਚਾਹੀਦੇ, ਸ਼ਰਧਾ ਘਟਾਉਣ ਵਾਲੇ ਨਹੀਂ। ਸਾਖਤਾਂ ਦੀ ਸੰਗਤ ਤੋਂ ਦੂਰ ਰਹਿਣਾ ਚਾਹੀਦਾ ਹੈ। ਗੁਰਬਾਣੀ ਵਾਰ ਵਾਰ ਇਸ ਗੱਲ ਦੀ ਹਦਾਇਤ ਕਰਦੀ ਹੈ ਭਈ ਸਾਖਤ ਦੀ ਸੰਗਤ ਬਹੁਤ ਭੈੜੀ ਹੈ। ਇੱਕ ਥਾਂ 'ਤੇ ਮਹਾਂਪੁਰਸ਼ਾਂ ਨੇ ਲਿਖਿਆ ਵੀ ਜਿਹੜਾ ਸ਼ਰਾਬੀ ਬੰਦਾ ਹੈ ਨਾ, ਕੋਈ ਅੰਮ੍ਰਿਤਧਾਰੀ ਵੀ ਕਿਸੇ ਪੱਬ ਵਿੱਚੋਂ ਨਿਕਲੇ ਅਤੇ ਵੇਖਣ ਵਾਲੇ ਕਹਿੰਦੇ ਵੀ ਇਹ ਸੁੱਕਾ ਨਹੀਂ ਆਇਆ, ਪੀ ਕੇ ਆਇਆ, ਭਾਵੇਂ ਉਹਨੇ ਨਾ ਹੀ ਪੀਤੀ ਹੋਵੇ। ਸ਼ਰਾਬ ਪਿਉਣ ਵਾਲੀ ਕਲਾਲਣ ਦੇ ਪਾਸ ਜਾ ਕੇ ਕੋਈ ਦੁੱਧ ਪੀ ਆਵੇ, ਲੋਕ ਇਹ ਹੀ ਕਹਿਣਗੇ ਵੀ ਸ਼ਰਾਬੀ ਹੈ, ਸ਼ਰਾਬ ਪੀ ਕੇ ਆਇਆ। ਕਿਉਂ? ਸੰਗਤ ਜੋ ਬੁਰੀ ਹੈ। ਕਹਿੰਦੇ ਕਾਲਖ ਦੀ ਕੋਠੜੀ ਹੋਵੇ ਅਤੇ ਕੋਈ ਬਵੇ ਚਿੱਟੇ ਬਸਤਰ ਲੈ ਕੇ ਅਤੇ ਕਵੇ ਮੈਂ ਆਪਣਾ ਬਸਤਰ ਕਾਲਾ ਨਹੀਂ ਹੋਣ ਦੇਣਾ, ਦਾਗ ਨਹੀਂ ਲੱਗਣ ਦੇਣਾ, ਤੂੰ ਤਾਂ ਦਾਗ ਨਹੀਂ ਲੱਗਣ ਦੇਣਾ, ਪਰ ਕਾਲਖ ਦੀ ਕੋਠੜੀ ਕੋਲਿਆਂ ਵਾਲੇ ਅੰਦਰ ਜਾ ਕੇ ਅਤੇ ਤੇਰੇ ਬਸਤਰ ਨੂੰ ਬਦੋ ਬਦੀ ਦਾਗ ਲੱਗ ਜਾਣਾ। ਲੁਹਾਰ ਕੋਲ ਬਵੇਂਗਾ ਅਤੇ ਕੋਲਾ ਉੱਡ ਕੇ ਜ਼ਰੂਰ ਪੈ ਜਾਣਾ। ਜੇ ਗਾਂਧੀ ਦੀ ਦੁਕਾਨ 'ਤੇ ਜਾ ਕੇ ਬਵੇਂਗਾ ਜਿੱਥੇ ਵੰਨ ਸੁਵੰਨੇ ਅਤਰ ਵਿਕਦੇ ਨੇ, ਉੱਥੋਂ ਤੇਰੇ ਕੱਪੜਿਆਂ 'ਚੋਂ ਸੁਗੰਧੀ ਆਉਣ ਲੱਗ ਪੈਣੀ। ਸੰਗਤ ਵਿੱਚ ਜਾਣਾ ਅਤੇ ਕੁਸੰਗਤ ਵਿੱਚ ਨਹੀਂ ਜਾਣਾ। ਮਹਾਂਪੁਰਸ਼ਾਂ ਨੇ ਲਿਖਿਆ ਕਿ ਸਿੰਘਨ ਕੇ ਬਨ ਮੇ ਬਸੀਏ ਧਸੀਏ ਜਲ ਮੇ ਗਏ ਬਿਸ਼ੂਆ ਲੀਜੇ ਕਾਨ ਖਜੂਰੇ ਕੋ ਕਾਨ ਪ੍ਰਵੇਸ਼ ਕਰਾਏ ਕੇ ਸਾਂਪ ਕੇ ਮੁਖ ਮੇ ਅੰਗੁਲੀ ਦੀਜੈ। ਅਰਥ ਵੀ ਸੁਣ ਲਵੋ। ਮਹਾਂਪੁਰਸ਼ ਕਹਿੰਦੇ ਨੇ ਵੀ ਜੇ ਕਿਤੇ ਬਿਪਤਾ ਦਾ ਕਾਲ ਆ ਜਾਵੇ ਅਤੇ ਸ਼ੇਰਾਂ ਦੇ ਦੇਸ਼ ਵਿੱਚ ਰਹਿਣਾ ਪੈ ਜਾਵੇ, ਪੰਜਾਬ ਦੀ ਧਰਤੀ ਸ਼ੇਰਾਂ ਦੀ ਧਰਤੀ ਹੈ। ਗੁਰੂ ਨਾਨਕ ਦੇਵ ਜੀ ਜਦੋਂ ਗਏ ਨੇ ਇੱਕ ਜੰਗਲ ਵਿੱਚੋਂ ਦੀ, ਅਤੇ ਉੱਥੇ ਸਾਰੇ ਸ਼ੇਰ ਹੀ ਸ਼ੇਰ,
ਅਤੇ ਉੱਚੀ ਜੀ ਦੂਣ ਪਹਾੜੀ ਦੇ ਉੱਤੇ ਉੱਤੇ ਗੁਰੂ ਜੀ ਬਾਲਾ ਮਰਦਾਨਾ ਜੀ ਨਾਲ ਤੁਰੇ ਜਾਂਦੇ। ਮਰਦਾਨੇ ਨੇ ਪੁੱਛਿਆ, ਮਹਾਰਾਜ ਇੱਥੇ ਹੋਰ ਕੋਈ ਜਾਨਵਰ ਨਹੀਂ ਦਿਸਦਾ, ਸਾਰੇ ਸ਼ੇਰ ਹੀ ਸ਼ੇਰ ਨੇ। ਗੁਰੂ ਜੀ ਨੇ ਉੱਤਰ ਦਿੱਤਾ, ਮਰਦਾਨਿਆਂ ਇੱਥੇ ਸ਼ੇਰ ਤਾਂ ਨੇ ਵੀ ਜਿਹੜੇ ਜਾਨਵਰ ਸੀ ਨਾ ਉਹਨਾਂ ਸਾਰਿਆਂ ਨੂੰ ਸ਼ੇਰਾਂ ਨੇ ਖਾ ਲਿਆ, ਹੁਣ ਸ਼ੇਰ ਹੀ ਰਹਿ ਗਏ ਨੇ, ਹੋਰ ਕੋਈ ਜਾਨਵਰ ਨਹੀਂ ਰਿਹਾ। ਅਤੇ ਮਰਦਾਨਾ ਪੁੱਛਦਾ, ਮਹਾਰਾਜ ਹੁਣ ਇਹ ਕੀ ਖਾਂਦੇ ਹੋਣਗੇ? ਗੁਰੂ ਜੀ ਨੇ ਕਿਹਾ ਵੀ ਜਿਹੜਾ ਸ਼ੇਰ ਸੌਂ ਜਾਂਦਾ ਨਾ ਊਂਘਦਾ, ਉਹਨੂੰ ਦੂਜਾ ਸ਼ੇਰ ਖਾ ਜਾਂਦਾ, ਇੱਕ ਸ਼ੇਰ ਦੂਜੇ ਸ਼ੇਰ ਨੂੰ ਹੀ ਖਾ ਜਾਂਦਾ, ਹੁਣ ਇਹ ਆਪੋ ਵਿੱਚ ਹੀ ਛਕ ਛਕਾ ਕੇ ਰੱਜਦੇ ਨੇ। ਜਿਸ ਵੇਲੇ ਅੱਗੇ ਚਲੇ ਗਏ, ਬੜੇ ਬੜੇ ਕੌਂਤਕ ਆਉਂਦੇ ਨਾਨਕ ਪ੍ਰਕਾਸ਼ ਦੀ ਕਥਾ ਵਿੱਚ, ਜਿਨ੍ਹਾਂ ਨੇ ਸੁਣੀ ਆਦਿ ਤੋਂ ਅੰਤ ਤੱਕ, ਉਹਨਾਂ ਨੂੰ ਗੁਰੂ ਦੇ ਜੀਵਨ ਦਾ ਗਿਆਨ ਹੁੰਦਾ, ਦੂਜਿਆਂ ਨੂੰ ਨਹੀਂ। ਸਿੰਘਨ ਕੇ ਬਨ ਮੇ ਬਸੀਏ, ਕਿਸੇ ਵੇਲੇ ਸਾਨੂੰ ਸ਼ੇਰਾਂ ਦੇ ਜੰਗਲ ਵਿੱਚੋਂ ਦੀ ਲੰਘ ਕੇ ਜਾਣਾ ਪੈ ਜਾਵੇ ਅਤੇ ਮਹਾਂਪੁਰਸ਼ ਕਹਿੰਦੇ ਕੋਈ ਡਰ ਨਹੀਂ, ਤੂੰ ਚਾਲਾ ਪਾ ਦੇ, ਸ਼ੇਰ ਮਾਰ ਕੇ ਹੀ ਖਾ ਜੂਗਾ ਜੇ ਕੋਈ ਭੁੱਖਾ ਮਿਲ ਜਾਊ ਤੇ। ਰਜਿਆ ਸ਼ੇਰ ਬੰਦੇ ਨੂੰ ਨਹੀਂ ਖਾਂਦਾ, ਸ਼ੇਰ ਜਦੋਂ ਭੁੱਖਾ ਹੋਵੇ ਤਾਂ ਜਦੋਂ ਅੱਖਾਂ 'ਚ ਅੱਖਾਂ ਮਿਲਦੀਆਂ ਨੇ ਉਦੋਂ ਝਪਟ ਮਾਰਦਾ, ਨਹੀਂ ਤਾਂ ਛੇਤੀ ਕੀਤੀਆਂ। ਸ਼ੇਰ ਬੜਾ ਸੰਜਮੀ ਜਾਨਵਰ ਹੈ, ਇਸੇ ਕਰਕੇ ਜੋਗੀ ਸ਼ੇਰ ਦੀ ਖੱਲ ਵਿਛਾ ਕੇ ਉੱਪਰ ਸਮਾਧੀ ਲਾਉਂਦੇ ਆ। ਸ਼ੇਰ ਇੰਨਾ ਸੰਜਮ ਰੱਖਦਾ, ਸੰਤਾਨ ਪੈਦਾ ਹੁੰਦੀ ਹੈ, ਸੋ ਸਾਲਾਂ ਬੱਧੀ ਇਸ ਦਾ ਸਮਾਂ ਲੰਘ ਜਾਂਦਾ ਹੈ। ਯੋਗੀ ਹੈ ਸ਼ੇਰ ਵੀ, ਸੰਜਮੀ ਜੀਵਨ ਜਿਨ੍ਹਾਂ ਯੋਗੀਆਂ ਨੇ ਰੱਖਣਾ, ਗ੍ਰਸਥ ਤੋਂ ਜਿਨ੍ਹਾਂ ਨੇ ਕਿਨਾਰਾ ਕੀਤਾ, ਉਹਨਾਂ ਨੂੰ ਸ਼ੇਰ ਦੀ ਖੱਲ ਵਿੱਚੋਂ ਵੀ ਗੁਣ ਪ੍ਰਾਪਤ ਹੁੰਦਾ ਹੈ, ਇਹ ਇੱਕ ਵੱਖਰਾ ਮਜ਼ਬੂਨ ਹੈ। ਰਹੋ ਵਿਚਾਰ, ਸਿੰਘਨ ਕੇ ਬਨ ਮੇ ਬਸੀਏ ਧਸੀਏ ਜਲ ਮੇ, ਜੇ ਕਿਸੇ ਨਦੀ ਵਿੱਚੋਂ ਦੀ ਸਮੁੰਦਰ ਵਿੱਚ ਛਾਲ ਮਾਰਨੀ ਪੈ ਜਾਵੇ ਤਾਂ ਕਹਿੰਦੇ ਕੋਈ ਡਰ ਨਹੀਂ ਤੂੰ ਮਾਰ ਦਵੀਂ, ਇੱਕ ਵਾਰਾਂ ਹੀ ਮੌਤ ਹੋਵੇਗੀ ਨਾ। ਗਏ ਬਿਛੂਆ ਲੀਜੇ ਬਿਛੂਆ, ਬਿਛੂ ਬਿਛੂ ਦਾ ਡੰਗ ਸੱਪ ਦੇ ਡੰਗ ਨਾਲੋਂ ਵੀ ਭੈੜਾ, ਸੱਪ ਲੜ ਜਾਵੇ ਤਾਂ ਇੰਨਾ ਸਾੜ ਨਹੀਂ ਪੈਂਦਾ, ਪਰ ਬਿਛੂ ਲੜ ਜਾਵੇ ਤਾਂ ਸਾਰੀ ਰਾਤ ਅਤੇ ਸਾਰਾ ਦਿਨ ਸਾੜ ਬੜਾ ਪੈਂਦਾ, ਦਵਾ ਦਾਰੂ ਕਰਨ ਦੇ ਨਾਲ ਵੀ ਛੇਤੀ ਆਰਾਮ ਨਹੀਂ ਆਉਂਦਾ, ਤਤਕਾਲ ਇਲਾਜ ਕਰਨਾ ਪੈਂਦਾ ਬਿਛੂ ਦਾ। ਬਿਛੂ ਪੱਥਰ ਨੂੰ ਡੰਗ ਮਾਰਦਾ ਅਤੇ ਪੱਥਰ ਖਿੱਲ ਹੋ ਜਾਂਦਾ, ਸੰਖੀਆ ਬਣ ਜਾਂਦਾ। ਜੰਗਲ ਦੇ ਵਿੱਚ ਜਿਹੜੇ ਬਿਛੂਆਂ ਨੇ ਪੱਥਰ ਨੂੰ ਡਸਿਆ, ਉਸੇ ਦਾ ਸੰਖੀਆ, ਸਵੇਤ ਸੰਖੀਆ, ਜਿਹੜਾ ਚਿੱਟਾ ਸੰਖੀਆ ਆਉਂਦਾ ਯਹਿਰਾਂ 'ਚ ਪੈਂਦਾ, ਉਹ ਪੱਥਰ ਆ ਜਿਨ੍ਹਾਂ ਨੂੰ ਬਿਛੂ ਨੇ ਡੰਗ ਮਾਰਿਆ। ਕਈਆਂ ਲੋਕਾਂ ਦਾ ਸੁਭਾਅ ਬਿਛੂ ਵਰਗਾ ਵੀ ਹੁੰਦਾ ਹੈ। ਗਏ ਬਿਛੂਆ ਲੀਜੇ, ਜੇ ਤੈਨੂੰ ਜਾਣ ਬੁੱਝ ਕੇ ਬਿਛੂ ਹੱਥ 'ਚ ਫੜਨਾ ਪੈ ਜਾਵੇ ਤਾਂ ਕਹਿੰਦੇ ਕੋਈ ਗੱਲ ਨਹੀਂ ਪਕੜ ਲਵੀਂ, ਇਹ ਵੀ ਦੁੱਖ ਝੱਲਿਆ ਜਾ ਸਕਦਾ ਹੈ। ਗੈ ਬਿਛੂਆ ਲੀਜੇ, ਕਾਨ ਖਜੂਰੇ ਕੋ ਕਾਨ ਪ੍ਰਵੇਸ਼ ਕਰਾਏ ਕਿ ਸਾਂਪ ਕੇ ਮੁਖ ਮੇ ਆਂਗੁਲੀ ਦੀਜੇ। ਇੱਕ ਕੰਨ ਖਜੂਰਾ ਵਾ, ਉਹ ਕੰਨ 'ਚ ਵੜ ਜਾਂਦਾ ਅਤੇ ਜਦੋਂ ਕੰਨ 'ਚ ਵੜ ਜਾਂਦਾ ਤਾਂ ਆਪਣੇ ਕੰਡੇ ਨਾਲ ਮਾਸ ਦੇ ਜੋੜ ਲੈਂਦਾ, ਫਿਰ ਉਹ ਨਿਕਲਦਾ ਨਹੀਂ, ਬੰਦਾ ਮਰ ਜਾਂਦਾ। ਕੰਨ ਖਜੂਰਾ ਜੇ ਕੰਨ 'ਚ ਵੜ ਜਾਵੇ ਜਾਂ ਚਿਪਕ ਜਾਵੇ ਕਿਸੇ ਦੇ ਸਰੀਰ ਨਾਲ, ਤਾਂ ਉਹਨੂੰ ਲਾਹੁਣ ਦਾ ਇੱਕੋ ਹੀ ਤਰੀਕਾ ਵੀ ਸੀਖ ਅੱਗ ਦੇ ਵਿੱਚ ਲਾਲ ਕਰਕੇ ਅਤੇ ਉਹ ਕੰਨ ਖਜੂਰੇ ਦੀ ਕੰਡ ਦੇ ਉੱਤੇ ਸੀਖ ਲਾਉਂਦੇ ਨੇ, ਫਿਰ ਉਹ ਆਪਣੇ ਕੰਡੇ ਪੁੱਟਦਾ, ਨਹੀਂ ਤਾਂ ਜੰਮ ਕੇ ਬਹਿ ਜਾਂਦਾ।
ਕਹਿੰਦੇ ਜਾਣ ਬੁੱਝ ਕੇ ਤੈਨੂੰ ਕੰਨ ਨੰਗਾ ਕਰਵਾ ਕੇ ਕੰਨ ਖਜੂਰਾ ਵੜਵਾਉਣਾ ਪੈ ਜਾਏ ਤੇ ਕੋਈ ਡਰ ਨਹੀਂ, ਇਹ ਵੀ ਦੁੱਖ ਤੂੰ ਝੱਲ ਲਵੀਂ। ਕਾਨ ਖਜੂਰੇ ਕੋ ਕਾਨ ਪ੍ਰਵੇਸ਼ ਕਰਾਏ ਕਿ ਸਾਂਪ ਕੇ ਮੁੱਖ ਮੇ ਅੰਗੁਲੀ ਦੀਜੇ। ਕਿਸੇ ਦਾ ਜੀਤ ਨਹੀਂ ਕਰਦਾ ਵੀ ਸੱਪ ਦੇ ਸਾਹਮਣੇ ਉਂਗਲ ਕਰੇ ਵੀ ਮੈਨੂੰ ਡੰਗ ਮਾਰ। ਕਹਿੰਦੇ ਕੋਈ ਡਰ ਨਹੀਂ, ਸੱਪ ਦੇ ਕੋਲੋਂ ਵੀ ਦੰਦੀ ਵਢਵਾਉਣੀ ਪੈ ਜਾਵੇ ਤੇ ਤੂੰ ਉਂਗਲ ਸਾਹਮਣੇ ਕਰ ਦੇਵੀਂ, ਤੇਰਾ ਕੱਖ ਨਹੀਂ ਵਿਗੜਦਾ। ਸਾਂਪ ਕੇ ਮੁੱਖ ਮੇ ਅੰਗੁਲੀ ਦੀਜੇ ਗਿਰ ਸੋ ਗਿਰੀਏ। ਪਹਾੜ ਤੋਂ ਛਾਲ ਮਾਰ ਕੇ ਮਰਨਾ ਪੈ ਜਾਵੇ ਤੇ ਕੋਈ ਡਰ ਨਹੀਂ। ਬਿਜ ਸੋ ਜਰੀਏ, ਬਿਜਲੀ ਦੇ ਨਾਲ ਤੂੰ ਸੜ ਜਾਵੇਂ, ਬਿਜਲੀ ਨੂੰ ਹੱਥ ਲਾ ਕੇ ਸੜਨਾ ਪੈ ਜਾਵੇ ਤਾਂ ਵੀ ਕੋਈ ਡਰ ਨਹੀਂ। ਅਰ ਆਰੇ ਕੇ ਘਾਉ ਅਨੇਕ ਸਹੀਜੇ, ਆਰੇ ਨਾਲ ਤੈਨੂੰ ਆਪਣਾ ਬਦਨ ਚੁਰਵਾਉਣਾ ਪੈ ਜਾਵੇ। ਸਾਡੇ ਸਿਰ ਦੇ ਉੱਤੇ ਕਿਸੇ ਨੇ ਆਰਾ ਰੱਖਿਆ ਹੋਇਆ ਨਹੀਂ, ਪਰ ਧੰਨ ਉਹ ਸਿੱਖ ਨੇ ਜਿਨ੍ਹਾਂ ਨੇ ਆਰੇ ਨਾਲ ਵੀ ਬਦਨ ਚੁਰਵਾ ਲਿਆ। ਧੰਨ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸਤਿਗੁਰੂ, ਜਿਸ ਵੇਲੇ ਦਿੱਲੀ ਦੇ ਚਾਂਦਣੀ ਚੌਂਕ ਗਏ ਨੇ ਅਤੇ ਨਾਲ ਦੇ ਸਾਥੀਆਂ ਨੂੰ ਮਤੀ ਦਾਸ ਕੋ ਕੀਨ ਬੁਲਾਵਨ, ਬਾਦਸ਼ਾਹ ਜੋ ਮਰਜ਼ੀ ਕਰੇ ਜੋ ਹੁਕਮ ਹੋ ਗਿਆ ਮੰਨਣਾ ਹੀ ਆ। ਜਲਾਦਾਂ ਨੇ ਮਤੀ ਦਾਸ ਨੂੰ ਬੁਲਾ ਲਿਆ, ਪੇਸ਼ੀ ਹੋਈ, ਬੜਾ ਕੁਝ ਸਮਝਾਇਆ। ਹੁਣ ਸਮਾਂ ਨਹੀਂ, ਮੈਂ ਕਥਾ ਪੂਰੀ ਵਿਸਥਾਰ ਨਾਲ ਦੱਸਾਂ, ਟੂਕ ਮਾਤਰ ਸਮਝੋ। ਦੋਏ ਤਖਤੇ ਮੈਂ ਕਰਿਓ ਬੰਧਾਵਨ, ਅਤੇ ਮਤੀ ਦਾਸ ਨੂੰ ਦੋ ਤਖਤਿਆਂ 'ਚ ਨਰਲ ਲਿਆ, ਜਿਵੇਂ ਪਸ਼ੂ ਲਿਜਾਂਦੇ ਨਾ ਡੰਗਰਾਂ ਵਾਲੇ ਹਸਪਤਾਲ, ਅਤੇ ਉਹ ਬੰਨ ਲੈਂਦੇ ਲੱਜਾਂ ਨਾਲ। ਇੱਦਾਂ ਮਤੀ ਦਾਸ ਦੀ ਇੱਕ ਬਾਂਹ ਇੱਧਰ, ਇੱਕ ਇੱਧਰ, ਇੱਕ ਲੱਤ ਉੱਧਰ, ਇੱਕ ਲੱਤ ਉੱਧਰ, ਫਟਿਆਂ 'ਚ ਨਰੜਿਆ ਹੋਇਆ। ਅਤੇ ਜਲਾਦਾਂ ਨੇ ਸਿਰ ਦੇ ਉੱਤੇ ਆਰਾ ਰੱਖ ਦਿੱਤਾ, ਅਤੇ ਆਰਾ ਜਿਸ ਵੇਲੇ ਚੱਲਣ ਲੱਗ ਪਿਆ ਅਤੇ ਲਹੂ ਲੁਹਾਨ ਸਰੀਰ ਹੋ ਗਿਆ ਗੁਰੂ ਦੇ ਸਿੱਖ ਦਾ, ਡੇਢ ਇੰਚ ਆਰਾ ਸਿਰ 'ਚ ਧੱਸ ਗਿਆ। ਖੜਾ ਕਰਕੇ ਪੁੱਛਣ ਲੱਗੇ, ਤੈਨੂੰ ਅਜੇ ਵੀ ਬਚਾ ਸਕਦੇ ਹਾਂ, ਮਲਮ ਪੱਟੀ ਕਰਕੇ ਤੋਪੇ ਲਾ ਦਿਆਂਗੇ ਅਤੇ ਬਚ ਜਾਊ ਜਾਨ ਤੇਰੀ, ਮੰਨ ਜਾ, ਛੱਡ ਦੇ ਗੁਰੂ ਦਾ ਖਹਿੜਾ, ਸਾਡੀ ਸੰਗਤ 'ਚ ਆ ਕੇ ਰਲ ਜਾ। ਪਰ ਮਤੀ ਦਾਸ ਜਾਣਦਾ ਸੀ, ਧੰਨਵਾਦ ਆ, ਮੈਨੂੰ ਭਾਵੇਂ 10 ਵਜੇ ਤੱਕ ਬੁਲਾਈ ਜਾਓ, ਮੈਂ ਬੋਲੀ ਜਾਣਾ, ਪਰ ਹੁਣ ਹੁਕਮ ਹੋਇਆ ਵੀ 8 ਵਜੇ ਤੱਕ ਕਥਾ ਕਰੋ। ਗਲਤੀ ਮੇਰੀ ਵੀ ਆ ਵੀ 15 ਮਿੰਟ ਮੈਂ ਲੇਟ ਹੋ ਗਿਆ, ਉੱਧਰ ਪ੍ਰੋਗਰਾਮ ਕਿਸੇ ਇਸਤਰੀ ਸਤਸੰਗ ਸਭਾ ਵਾਲਿਆਂ ਨੂੰ ਦੇ ਬੈਠੇ ਸਾਂ, ਉੱਥੋਂ ਪ੍ਰੇਮੀ ਵਿਚਾਰੇ ਲੈਣ ਆਏ ਫਿਰ ਛੱਡ ਕੇ ਗਏ। ਤੁਹਾਡਾ ਸਾਰਿਆਂ ਦਾ ਧੰਨਵਾਦ, ਨਾਲੇ ਮੈਂ ਸੋਚਿਆ ਸੀ ਵੀ ਰਾਗੀ ਜਥਾ ਪਹਿਲਾਂ ਕੀਰਤਨ ਕਰੂ, ਚਲੋ ਨਹੀਂ ਆਇਆ। ਹਾਂਜੀ, ਇੱਧਰ ਟਾਈਮ ਨਾ ਆਪਾਂ ਲਾਈਏ, ਜਿਹੜੀ ਆਪਾਂ ਗੱਲ ਕਰ ਰਹੇ ਸਨ ਉਹ ਕਰੀਏ। ਮਤੀ ਦਾਸ ਕੋ ਕੀਨ ਬੁਲਾਵਨ, ਦੋਏ ਤਖਤੇ ਮੈਂ ਕਰਿਓ ਬੰਧਾਵਨ। ਜਲਾਦਾਂ ਨੇ ਮਤੀ ਦਾਸ ਨੂੰ ਸੱਦ ਕੇ ਨਰਲ ਲਿਆ, ਬੜੇ ਉਹਨੂੰ ਦਬਕੇ ਮਾਰੇ ਮਨਾਇਆ ਵੀ ਗੁਰੂ ਤੋਂ ਕੀ ਲੈਣਾ ਹੀ, ਅਸੀਂ ਤੈਨੂੰ ਮਾਲਾ ਮਾਲ ਕਰ ਦਿੰਦੇ ਹਾਂ, ਹਾਕਮ ਬਣਾ ਦਿੰਦੇ ਹਾਂ, ਨਵਾਬੀਆਂ ਦੇ ਦਿੰਦੇ ਹਾਂ, ਜਿੰਨੀ ਮਰਜ਼ੀ ਧਨ ਸੰਪਤੀ ਲੈ ਲਾ, ਖਹਿੜਾ ਛੱਡ ਦੇ ਗੁਰੂ ਦਾ। ਪਰ ਧਨ ਗੁਰੂ ਦੇ ਸਿੱਖ ਨੇ, ਜਿਨ੍ਹਾਂ ਤੋਂ ਸਿੱਖਿਆ ਲੈ ਕੇ ਅਸੀਂ ਆਪਣੇ ਜੀਵਨ 'ਚ ਕੋਈ ਸੇਧ ਹਾਸਲ ਕਰਨੀ ਹੈ।
ਜਦੋਂ ਡੂਢ ਇੰਚ ਆਰਾ ਸਿਰ 'ਚ ਚਲਾ ਗਿਆ ਤੇ ਮਤੀ ਦਾਸ ਨੂੰ ਪੁੱਛਿਆ ਵੀ ਅਜੇ ਵੀ ਮੰਨ ਜਾ, ਉਹਨੇ ਕਿਹਾ ਮੈਂ ਜਿਹੜਾ ਤੁਹਾਨੂੰ ਪਹਿਲਾਂ ਜਵਾਬ ਦੇ ਦਿੱਤਾ ਸੀ ਨਾ ਉਹਦੇ 'ਤੇ ਮੈਂ ਦਰੜਿਆ, ਸਿਰ ਜਾਵੇ ਤੇ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਪੜ੍ਹ ਲਈਏ ਤੁੱਕ, ਮੈਂ ਅੱਗੇ ਬੋਲਦਾ ਤੁਸੀਂ ਸਾਰੇ ਮਗਰ ਬੋਲਿਓ, ਪਤਾ ਲੱਗ ਜਾਊ ਵੀ ਮਾਈਆਂ ਦੀ ਆਵਾਜ਼ ਜ਼ਿਆਦੀ ਆਉਂਦੀ ਕਿ ਭਾਈਆਂ ਦੀ ਆਵਾਜ਼ ਆਉਂਦੀ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਮਤੀ ਦਾਸ ਕਹਿੰਦਾ ਹੁਣ ਤੇ ਮੈਨੂੰ ਆਰਾ ਪਿਆਰਾ ਲੱਗਦਾ, ਤੁਸੀਂ ਆਪਣਾ ਮਿੱਤਰੋ ਕਾਰਾ ਕਰੋ ਅਤੇ ਮੈਂ ਆਪਣਾ ਕੰਮ ਕਰ ਲੈਂਦਾ, ਸਾਨੂੰ ਥੋੜ੍ਹਾ ਜਿਹਾ ਵੀ ਕਸ਼ਟ ਹੋਵੇ ਨਾ ਅਤੇ ਸਾਥੋਂ ਜਪਜੀ ਸਾਹਿਬ ਨਹੀਂ ਪੜ੍ਹਿਆ ਜਾਂਦਾ, ਰਹਿ ਰਾਸ ਰਹਿ ਹੀ ਜਾਂਦੀ ਹੈ ਵੀ ਚੱਲ ਸੁੱਤੇ ਸੁੱਤੇ ਅੱਜ ਪੜ੍ਹ ਲੈਂਦੇ ਹਾਂ, ਰੋਜ਼ ਬਹਿ ਕੇ ਪੜ੍ਹਦੇ ਹਾਂ ਅਤੇ ਉਹ ਦੋ ਚਾਰ ਸ਼ਬਦ ਨਹੀਂ ਪੜ੍ਹੀ ਦੇ ਨੀਂਦ ਆ ਜਾਂਦੀ ਆ। ਪਰ ਇੰਨੇ ਭਾਰੀ ਕਸ਼ਟ ਦੇ ਅੰਦਰ ਭਾਈ ਮਤੀ ਦਾਸ ਦੇ ਰੋਮ ਰੋਮ ਦੇ ਵਿੱਚ ਬਾਣੀ ਰਚੀ ਹੋਈ ਸੀ, ਗੁਰਮੁਖ ਰੋਮ ਰੋਮ ਹਰ ਧਿਆਵੇ, ਤਨ ਗੁਰੂ ਕੇ ਸਿੱਖ ਹਨ। ਜਪਜੀ ਦਾ ਪਾਠ ਮਤੀ ਦਾਸ ਨੇ ਇੱਕ ਓਅੰਕਾਰ ਤੋਂ ਆਰੰਭ ਕੀਤਾ ਅਤੇ ਪਾਠ ਕਰਦਿਆਂ ਕਰਦਿਆਂ ਇੱਥੇ ਪਹੁੰਚ ਗਿਆ, ਸਿੱਖ ਪੰਚਪੁਰ ਵਾਨ ਪੰਚਪੁਰ ਧਾਨ ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੁਹ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਬੜੇ ਪਿਆਰ ਨਾਲ ਗੁਰੂ ਕੀ ਬਾਣੀ ਦਾ ਪਾਠ ਹੋ ਰਿਹਾ ਸੀ, ਅਰਧੋ ਅਰਧ ਚਰਾਏ ਸੋ ਡਾਰਾ। ਭਾਈ ਸਾਹਿਬ ਜੀ ਕਹਿੰਦੇ ਜਲਾਦਾਂ ਨੇ ਆਰਾ ਚਲਾ ਚਲਾ ਕੇ ਜਿਉਂਦੇ ਸਿੱਖ ਨੂੰ ਦੋ ਫਾੜ ਕਰ ਦਿੱਤਾ, ਸਰੀਰ ਦੇ ਦੋ ਟੁਕੜੇ ਹੋ ਗਏ, ਅੱਧਾ ਸਰੀਰ ਇੱਧਰ ਡਿੱਗ ਪਿਆ ਅਤੇ ਅੱਧਾ ਸਰੀਰ ਜਲਾਦਾਂ ਨੇ ਮਾਰ ਕੇ ਲੱਤ ਉੱਧਰ ਡੇਗ ਦਿੱਤਾ, ਨਰੜਿਆ ਹੋਇਆ ਲੱਕੜ ਦੇ ਨਾਲ ਸਰੀਰ, ਪਰ ਦੋਨੋਂ ਤਨ ਤੇ ਜਪਜੀ ਪੜੈ, ਹੇਰਤ ਸਭ ਕੇ ਅਚਰਜ ਬੜੈ। ਹੈਰਾਨਗੀ ਤਾਂ ਇਸ ਗੱਲ ਦੀ ਸੀ ਵੀ ਸਰੀਰ ਦੇ ਦੋ ਫਾੜ ਹੋ ਗਏ ਨੇ ਅਤੇ ਦੋਵਾਂ ਸਰੀਰਾਂ ਦੇ ਵਿੱਚੋਂ ਆਵਾਜ਼ ਆ ਰਹੀ ਸੀ ਜਿਵੇਂ ਦੋ ਗ੍ਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਇੱਕ ਸੁਰ ਵਿੱਚ ਪਾਉਂਦੇ ਹੋਣ ਨਾ, ਅਤੇ ਮਿਲਵੀਂ ਆਵਾਜ਼ ਵਿੱਚ ਸੁਣਨ ਵਾਲਿਆਂ ਨੂੰ ਆਨੰਦ ਆਉਂਦਾ ਹੈ। ਇਸੇ ਤਰ੍ਹਾਂ ਮਤੀ ਦਾਸ ਨੇ 15ਵੀਂ ਪੌੜੀ ਤੋਂ ਲੈ ਕੇ 38 ਪੌੜੀਆਂ ਪੂਰੀਆਂ ਕੀਤੀਆਂ ਅਤੇ ਸ਼ਲੋਕ ਵੀ ਸੁਣਾਈ ਦਿੱਤਾ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਾਰਾ ਪਾਠ ਪੂਰਾ ਕਰਕੇ ਗੁਰੂ ਨੇ ਸਿੱਖ ਨੇ ਆਪਣੀ ਰੂਹ ਨੂੰ ਮ੍ਰਿਤਕ ਮੜੋਲੀ 'ਚੋਂ ਬਾਹਰ ਕੱਢਿਆ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਲੀਨ ਹੋ ਗਿਆ ਗੁਰੂ ਦਾ ਸਿੱਖ, ਕੁਰਬਾਨੀ ਕੀਤੀ, ਧਰਮ 'ਤੇ ਰੱਖ ਵਿਖਾਇਆ ਨਾ, ਭਾਵੇਂ ਸਰੀਰ ਜਾਂਦਾ ਰਿਹਾ ਪਰ ਧਰਮ ਨਾਲੋਂ ਰਿਸ਼ਤਾ ਨਹੀਂ ਤੋੜਿਆ। ਮਹਾਂਪੁਰਸ਼ ਕਹਿੰਦੇ ਨੇ ਵੀ ਤੁਹਾਡੇ ਸਿਰ 'ਤੇ ਤਾਂ ਕਿਸੇ ਨੇ ਆਰਾ ਨਹੀਂ ਨਾ ਰੱਖਿਆ ਹੋਇਆ। ਫਿਰ ਸੁਣੋ ਸਾਰੀ ਕਥਾ, ਪ੍ਰਮਾਣ ਨੂੰ
ਸਿੰਘਨ ਕੇ ਬਨ ਮੇ ਬਸੀਏ ਧਸੀਏ ਜਲ ਮੇ ਗਏ ਬਿਸ਼ੂਆ ਲੀਜੇ ਕਾਨ ਖਜੂਰੇ ਕੋ ਕਾਨ ਪ੍ਰਵੇਸ਼ ਕਰਾਏ ਕੇ ਸਾਂਪ ਕੇ ਮੁਖ ਮੇ ਅੰਗੁਲੀ ਦੀਜੇ ਗਿਰ ਸੋ ਗਰੀਏ ਬਿਜ ਸੋ ਜਰੀਏ ਅਰ ਆਰੇ ਕੇ ਕਾਉ ਅਨੇਕ ਸਹੀਜੇ ਏਤੇ ਤੋ ਕਸ਼ਟ ਅਨੇਕ ਸਹੇ ਪਰ ਮੂਰਖ ਮੀਤ ਕੋ ਸੰਗ ਨਾ ਕੀਜੇ। ਇੱਕ ਗੱਲ ਮਹਾਂਪੁਰਸ਼ਾਂ ਨੇ ਦੱਸੀ ਆ ਵੀ ਮੂਰਖਾਂ ਤੋਂ ਡਰਦੇ ਰਹੋ, ਮੂਰਖਾਂ ਨੂੰ ਦੂਰੋਂ ਹੀ ਮੱਥਾ ਟੇਕਦੇ ਹੋ, ਉਹਨਾਂ ਨੂੰ ਨਮਸਕਾਰ ਕਰਦੇ ਹੋ ਅਤੇ ਉਹਨਾਂ ਨੂੰ ਮਿੱਤਰ ਨਾ ਬਣਾਓ ਆਪਣਾ। ਜੇ ਤੁਸੀਂ ਕਿਸੇ ਸਾਖਤ ਬੰਦੇ ਨੂੰ ਰੱਬ ਨਾਲੋਂ ਟੁੱਟੇ ਹੋਏ ਨੂੰ ਮਿੱਤਰ ਬਣਾ ਲਿਆ ਨਾ, ਉਹਨੇ ਤੁਹਾਨੂੰ ਉੱਥੇ ਲੈ ਕੇ ਡੁੱਬਣਾ ਜਿੱਥੇ ਨਾ ਤੁਸੀਂ ਹੀ ਸਹੀ ਸਲਾਮਤ ਰਹੋਗੇ, ਤੁਹਾਡੀ ਸਾਰੀ ਔਲਾਦ ਅਤੇ ਸਾਰਾ ਖਾਨਦਾਨ ਹੀ ਤਬਾਹ ਹੋ ਜਾਊ। ਇਸ ਵਾਸਤੇ ਅਰਦਾਸ ਕੀਤੀ ਵੀ ਸੰਗਤ ਮਾੜੀ ਨਹੀਂ ਕਰਨੀ, ਸੰਗਤ ਚੰਗੀ ਕਰਨੀ ਆ। ਸਾਧ ਸੰਗਤ ਕਰਨੀ ਹੈ, ਕੁ ਸੰਗਤ ਨਹੀਂ ਕਰਨੀ, ਕੁ ਸੰਗਤ ਉਹ ਦੂਰੋਂ ਹੀ ਭੱਜ ਜਾਣਾ ਹੈ। ਅਤੇ ਕਈ ਬੰਦੇ ਯਤਨ ਕਰਦੇ ਵੀ ਖੁਰੇ ਅਸੀਂ ਉਹਨਾਂ ਦਾ ਸੁਧਾਰ ਕਰ ਦਿਆਂਗੇ ਅਤੇ ਕਈ ਵਾਰ ਉਲਟਾ ਪ੍ਰਣਾਮ ਹੁੰਦਾ। ਜੇ ਚੁੱਲ੍ਹੇ 'ਚ ਅੱਗ ਮੱਚ ਰਹੀ ਹੋਵੇ ਤਾਂ ਬਾਲਟੀ ਪਾਣੀ ਦੀ ਪਾ ਦਿਓ, ਸਾਰੀ ਅੱਗ ਬੁੱਝ ਜਾਂਦੀ ਹੈ। ਜੇ ਅੱਗ ਦੀਆਂ ਲੰਬਾ ਨਿਕਲਦੀਆਂ ਹੋਣ, ਚਿਖਾ ਬਚ ਰਹੀ ਹੋਵੇ, ਭਾਵੇਂ 10 ਬਾਲਟੀਆਂ ਪਾ ਦਿਓ ਅਤੇ ਅੱਗ ਸਾੜ ਕੇ ਰੱਖ ਦਿੰਦੀ ਹੈ। ਜਿਨ੍ਹਾਂ ਲੋਕਾਂ ਦਾ ਜਪ ਤਪ ਸੇਵਾ ਸਿਮਰਨ ਅਤੇ ਹਿਰਦੇ ਵਿੱਚ ਸਿੱਖੀ ਰੋਮ ਰੋਮ 'ਚ ਵਸੀ ਆ, ਉਹ ਤਾਂ ਵਿਗੜਿਆਂ ਤਿਗੜਿਆਂ ਨੂੰ ਵੀ ਸੁਧਾਰ ਕੇ ਸਿੱਧਾ ਕਰ ਦਿੰਦੇ ਆ। ਜਿਹੜੇ ਅਜੇ ਵਿਚਾਰੇ ਮਾੜੇ ਮੋਟ ਨੇ, ਉਹ ਜਿਹੋ ਜਿਹੇ ਕੋਲ ਬਹਿੰਦੇ ਨੇ ਉਹਨਾਂ ਨੂੰ ਉਹੋ ਜਿਹੀ ਮੱਤ ਆਉਂਦੀ। ਗੁਰਦੁਆਰੇ ਆਉਂਦੇ ਨੇ ਅਤੇ ਅੰਮ੍ਰਿਤ ਛੱਕ ਕੇ ਦਾੜ੍ਹੀ ਰੱਖ ਲੈਂਦੇ ਨੇ, ਕੁਸੰਗਤ ਵਿੱਚ ਜਾਂਦੇ ਨੇ ਅਤੇ ਮੂੰਹ ਸਿਰ ਮਨਾ ਕੇ ਦੂਜੇ ਬੰਨੇ ਤੁਰ ਪੈਂਦੇ ਨੇ। ਇਸ ਵਾਸਤੇ ਮਹਾਂਪੁਰਸ਼ਾਂ ਨੇ ਨਸੀਹਤ ਕੀਤੀ ਵੀ ਮਾੜੀ ਸੰਗਤ 'ਚ ਜਾਓ ਹੀ ਨਾ। ਮਾਰ ਬੇਕੋ ਤਰਾਸ ਦੇਖ ਚੋਰ ਨਾ ਤਜਿਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ। ਬੇਸਵਾਰਤ ਬ੍ਰਿਥਾ ਪੈ ਮਨ ਮੇਂ ਨਾ ਸ਼ੰਕਾ ਮਾਨੇ, ਭਾਈ ਗੁਰਦਾਸ ਜੀ ਦੀ ਬਾਣੀ ਹੈ। ਭਾਈ ਗੁਰਦਾਸ ਜੀ ਦਲੀਲ ਨਾਲ ਇੱਕ ਗੱਲ ਨੂੰ ਸਮਝਾਉਂਦੇ, ਇਹਨੂੰ ਕਹਿੰਦੇ ਥੂਣੀ ਖੰਡਣ ਨਿਆਏ, ਵੀ ਇੱਕ ਗੱਲ ਕਹਿਣੀ ਅਤੇ ਉਹਨੂੰ ਲੱਕੜ ਦੇ ਗੱਡ ਕੇ ਕਿੱਲਾ ਮੱਝ ਬੰਨਣੀ ਹੋਵੇ ਅਤੇ ਬੰਦਾ 4 ਸੱਟਾਂ ਹੋਰ ਮਾਰ ਦਿੰਦਾ ਵੀ ਕਿਤੇ ਮੱਝ ਕਿੱਲਾ ਪਟਾ ਨਾ ਲਵੇ। ਇਸੇ ਤਰ੍ਹਾਂ ਕਿਸੇ ਸੱਚਾਈ ਨਾਲ ਮਨੁੱਖ ਨੂੰ ਬੰਨਣਾ ਹੋਵੇ ਅਤੇ ਉਹਦੇ 'ਤੇ ਹੋਰ ਪ੍ਰਮਾਣ ਦਿੱਤਾ ਜਾਂਦਾ। ਭਾਈ ਸਾਹਿਬ ਜੀ ਦੇ ਚਰਨਾਂ ਵਿੱਚ ਕੁਝ ਉਹ ਸਿੱਖ ਆਏ ਜਿਹੜੇ ਕਦੇ ਕਦਾਈ 'ਤੇ ਆ ਜਾਂਦੇ ਸੀ ਅਤੇ ਉੱਦਾਂ ਨਹੀਂ ਸੀ ਆਉਂਦੇ, ਉਹਨਾਂ ਨੂੰ ਭਾਈ ਸਾਹਿਬ ਜੀ ਕਟਾਕਸ਼ ਭਰੀ ਸਿੱਖਿਆ ਦੇ ਰਹੇ ਹਨ। ਮਾਰ ਬੇਕੋ ਤਰਾਸ ਦੇਖ ਚੋਰ ਨਾ ਤਜਿਤ ਚੋਰੀ, ਜਿਹੜਾ ਚੋਰ ਹੈ ਨਾ ਉਹਨੂੰ ਮਾਰ ਬੜੀ ਪੈਂਦੀ ਹੈ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਸਤਿਗੁਰੂ ਜੀ ਦੱਸਦੇ ਨੇ ਵੀ ਚੋਰੀ ਬੁਰੀ ਆ, ਕਿਸੇ ਧਰਮ ਵਿੱਚ ਵੀ ਇਹ ਨਹੀਂ ਦੱਸਿਆ ਗਿਆ ਵੀ ਚੋਰੀ ਕਰਨੀ ਚੰਗੀ ਹੁੰਦੀ ਆ। ਭਾਵੇਂ ਸਾਰੇ ਹੀ ਕਰਦੇ ਨੇ, ਸਾਰੇ ਧਰਮਾਂ ਦੇ ਵਿੱਚ ਵਿਰਲੇ ਵਿਰਲੇ ਬੰਦੇ ਬਚੇ ਨੇ। ਚੋਰੀ ਅਤੇ ਯਾਰੀ ਦੋ ਹੀ ਵੱਡੇ ਗੁਨਾਹ ਨੇ, ਜਿਹੜਾ ਇਹਨਾਂ ਦੋ ਗੱਲਾਂ ਤੋਂ ਬਚ ਗਿਆ ਉਹਦਾ ਅਤੇ ਰੱਬ ਨਾਲ ਸਿੱਧੀ ਮੁਲਾਕਾਤ ਹੋ ਜਾਂਦੀ ਹੈ, ਪਰ ਬਚਣਾ ਬੜਾ ਔਖਾ। ਮਹਾਂਪੁਰਸ਼ ਭਾਈ ਗੁਰਦਾਸ ਜੀ ਲਿਖਦੇ ਨੇ
ਕਿ ਮਰ ਬੇਕੋ ਤਰਾਸ ਦੇਖ। ਚੋਰ ਨੂੰ ਇਸ ਗੱਲ ਦਾ ਪਤਾ ਵੀ ਜੇ ਮੈਂ ਸਨ ਤੇ ਪਕੜਿਆ ਗਿਆ ਤੇ ਮਾਰ ਬੜੀ ਪੈਣੀ ਮੈਨੂੰ, ਪਰ ਮਾਰ ਦਾ ਡਰ ਹੁੰਦਿਆਂ ਹੋਇਆਂ ਵੀ ਉਹ ਚੋਰੀ ਨਹੀਂ ਛੱਡਦਾ। ਮਰ ਬੇਕੋ ਤਰਾਸ ਦੇਖ, ਚੋਰ ਨਾ ਤਜਿਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ। ਜਿਹੜਾ ਰਾਹ ਮਾਰਿਆ ਨਾ ਚੋਰਾਂ ਨੂੰ ਮੋਰ, ਮੋਰਾਂ ਨੂੰ ਕੁਝਾਈ, ਤੁਸੀਂ ਅਖਾਣ ਸੁਣਿਆ। ਚੋਰ ਤੇ ਰਾਤ ਜਾ ਕੇ ਚੋਰੀ ਚੋਰੀ ਲਿਆਉਂਦਾ ਤੇ ਇੱਕ ਠੱਗ ਨੇ ਉਹ ਦਿਨ ਦੀ ਵੀ ਲੁੱਟ ਕੇ ਲੈ ਜਾਂਦੇ ਨੇ। ਬੰਦਾ ਆਪੇ ਸਭ ਕੁਝ ਦੇ ਬਹਿੰਦਾ, ਗੱਲਾਂ ਬਾਤਾਂ ਦੇ ਵਿੱਚ ਹੀ ਫਰੇਬ ਵਿੱਚ ਆ ਜਾਂਦਾ। ਜਿਹੜੇ ਰਾਹ ਮਾਰ ਧਾੜਵੀ ਨੇ ਨਾ ਉਹ ਤੁਰੇ ਜਾਂਦੇ ਨੂੰ ਲੁੱਟ ਲੈਂਦੇ ਨੇ, ਅਤੇ ਜਿਹੜਾ ਉਹਨਾਂ ਦਾ ਮਿੱਤਰ ਬਣ ਜੇ ਉਹ ਕਹਿੰਦਾ ਵੀ ਛੱਡੋ ਐਵੇਂ ਨੌਕਰੀ, ਵੀਕ ਭਰ ਉੱਥੇ ਖਪਦੇ ਰਹੋ ਅਤੇ ਥੋੜ੍ਹੇ ਜਿਹੇ ਪੈਸੇ ਮਿਲਦੇ ਆ, ਇੱਕੇ ਵਾਰਾਂ ਹੀ ਗੱਫੇ ਮਿਲ ਜਾਂਦੇ ਨੇ, ਇਹ ਹੀ ਕੰਮ ਕਰ ਲਓ। ਬਟਵਾਰਾ ਰਾਹ ਮਾਰ ਧਾੜਵੀ ਦੀ ਸੰਗਤ ਕਰਨ ਵਾਲਾ ਧਾੜਵੀ ਬਣ ਜਾਂਦਾ, ਚੋਰ ਦੀ ਸੰਗਤ ਕਰਨ ਵਾਲਾ ਚੋਰ ਬਣ ਹੀ ਜਾਵੇਗਾ ਇੱਕ ਦਿਨ। ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ, ਬੇਸਵਾ ਰਤ ਬ੍ਰਿਥਾ ਪੈ, ਮਨ ਮੇ ਨਾ ਸ਼ੰਕਾ ਮਾਨੇ। ਤੀਜਾ ਪ੍ਰਮਾਣ, ਜਿਹੜਾ ਬੰਦਾ ਆਚਰਨ ਤੋਂ ਡਿੱਗ ਪਿਆ, ਜਿਹੜਾ ਬੰਦਾ ਬਾਜ਼ਾਰ ਵਿੱਚ ਕੁਕਰਮ ਕਰਨ ਲੱਗ ਪਿਆ, ਉਹਦੇ ਸਰੀਰ ਨੂੰ ਰੋਗ ਲੱਗਣਾ ਹੀ ਲੱਗਣਾ। ਬੇਸਵਾ ਰਤ, ਜਿਹੜਾ ਬੇਸਵਾ ਦਾ ਪ੍ਰੇਮੀ ਹੋ ਗਿਆ, ਜਿਹੜਾ ਬੰਦਾ ਕੁਕਰਮੀ ਹੋ ਗਿਆ, ਜਿਹੜਾ ਬਾਜ਼ਾਰ ਦੀਆਂ ਔਰਤਾਂ ਦਾ ਪ੍ਰੇਮੀ ਬਣ ਗਿਆ, ਉਹਨੇ ਅੱਜ ਵੀ ਅਤੇ ਕੱਲ੍ਹ ਵੀ ਉਹਦੇ ਸਰੀਰ ਨੂੰ ਰੋਗ ਲੱਗਣਾ ਹੀ ਆ। ਅੱਜ ਕੱਲ੍ਹ ਮਲੇਸ਼ੀਆ ਵਿੱਚ, ਬੰਗਕੋਕ ਵਿੱਚ, ਇਸ ਦੇਸ਼ ਵਿੱਚ ਵੀ ਅਤੇ ਹੋਰ ਦੇਸ਼ਾਂ ਵਿੱਚ ਐਸੇ ਐਸੇ ਭਿਆਨਕ ਰੋਗ ਨੇ ਜਿਨ੍ਹਾਂ ਦੀ ਪਕੜ ਤੋਂ ਮਨੁੱਖ ਬਚ ਨਹੀਂ ਸਕਦਾ, ਤਾਂ ਜ਼ਿੰਦਗੀ ਰੋਗ ਚੱਲਦੇ ਨੇ। ਸੁਜਾਕ ਹੈ, ਆਦਿਸ਼ਕ ਹੈ, ਇਹਨਾਂ ਰੋਗਾਂ ਦੀ ਲਪੇਟ ਵਿੱਚ ਜਦੋਂ ਮਨੁੱਖ ਆਵੇ, ਆਦਿਸ਼ਕ 14 ਦਿਨਾਂ ਬਾਅਦ ਪੁਰਾਣਾ ਹੋ ਜਾਂਦਾ, ਫਿਰ ਕੋਈ ਦਵਾਈ ਨਹੀਂ ਚੱਲਦੀ, ਸਾਰੀ ਉਮਰ ਬੰਦਾ ਫਿਰ ਟੀਕੇ ਲਵਾਉਂਦਾ ਰਹਿੰਦਾ, ਗੋਲੀਆਂ ਖਾਂਦਾ ਰਹਿੰਦਾ, ਦਿਨ ਲੰਘਦੇ ਨੇ। ਹੱਡਾਂ ਵਿੱਚ ਬਿਮਾਰੀ ਦੇ ਜਰਾਸੀਨ ਰਚ ਜਾਂਦੇ ਨੇ, ਇੰਨੇ ਬਰੀਕ ਕੀਟਾਣੂ ਨੇ। ਇਸੇ ਵਾਸਤੇ ਜਿਹੜੇ ਧਰਮੀ ਲੋਕ ਨੇ ਉਹ ਸੋਧ ਰੱਖਦੇ ਨੇ ਵੀ ਆਮ ਲੋਕਾਂ ਦੇ ਲੀੜੇ ਨਹੀਂ ਪਹਿਨਣੇ। ਘਾਵ ਚੋਟ ਨਖ ਦੰਤ ਬੁਖਾਨ, ਗੰਧਲੇ ਪਾਣੀ ਧੋਮਨ ਜਾਨ, ਅਤ ਤੇ ਸੰਗ ਜੂਨ ਕੇ ਦੋਖ, ਹੋਏ ਉਪਦੰਚ ਪੰਚ ਭਨ ਕੋਖੇ। ਪੰਜ ਕਾਰਨਾਂ ਕਰਕੇ ਰੋਗ ਲੱਗਦਾ, ਪਰ ਸਭ ਤੋਂ ਜ਼ਿਆਦਾ ਕੁਕਰਮੀ ਬੰਦੇ ਨੂੰ ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ, ਤੀਜੇ ਤੋਂ ਚੌਥੇ ਨੂੰ ਇਹ ਬਿਮਾਰੀ ਲੱਗ ਜਾਂਦੀ ਆ। ਭਾਈ ਗੁਰਦਾਸ ਦਾ ਫੈਸਲਾ ਵੀ ਉਹ ਬੰਦਾ ਬਚ ਨਹੀਂ ਸਕਦਾ, ਰੋਗੀ ਹੋਵੇਗਾ, ਫਿਰ ਉਪਦੰਸ ਵਿਗੜ ਕੇ ਗੈਂਠੀਆ ਰੋਗ ਬਣਦਾ ਹੈ। ਉਪਦੰਸ ਵਾਲੇ ਦੇ ਬੱਚੇ ਨੂੰ ਵੀ ਉਹ ਬਿਮਾਰੀ ਰਹਿੰਦੀ, ਉਹਦੇ ਪੋਤਰੇ ਨੂੰ ਵੀ ਰਹਿੰਦੀ, ਉਹਦੇ ਪੜੋਤੜੇ ਨੂੰ ਵੀ ਰਹਿੰਦੀ ਆ। ਸੱਤਵੀਂ ਪੀੜ੍ਹੀ 'ਤੇ ਜਾ ਕੇ ਇਹ ਰੋਗ ਕੋੜ ਦਾ ਰੂਪ ਲੈ ਲੈਂਦਾ, ਉਹ ਬੰਦਾ ਕੁਸ਼ਟੀ ਹੋ ਜਾਂਦਾ, ਉਹਦੀ ਚਮੜੀ ਸਾਰੀ ਫਟ ਜਾਂਦੀ ਹੈ। ਇੰਨੇ ਇੰਨੇ ਭਿਆਨਕ ਰੋਗ ਨੇ, ਧਰਮ ਗ੍ਰੰਥ ਵੈਦ ਹਕੀਮ ਸਿੱਖਿਆ ਦਿੰਦੇ ਨੇ, ਪਰ ਮਨੁੱਖ ਪੜ੍ਹਦਾ ਹੋਇਆ ਵੀ ਕੁਕਰਮਾਂ ਦਾ ਤਿਆਗ ਨਹੀਂ ਕਰਦਾ। ਬੇਸਵਾ ਰਤ ਬ੍ਰਿਥਾ ਪੈ, ਮਨ ਮੇ ਨਾ ਸ਼ੰਕਾ ਮਾਨੇ। ਕਈਆਂ ਦਾ ਸਰੀਰ ਚਮੜੀ ਖਰਾਬ ਹੋ ਜਾਂਦੀ, ਲੋਕ ਲਾਗੇ ਨਹੀਂ ਬਹਿਣ ਦਿੰਦੇ, ਦੁਰਗੰਧੀ ਆਉਣ ਲੱਗ ਪੈਂਦੀ ਆ, ਪਰ ਉਹ ਕੁਕਰਮ ਵਾਲੇ ਬੰਨਿਓ ਸ਼ਰਮ ਨਹੀਂ ਕਰਦਾ, ਇਸ ਬੰਨਿਓ ਨਹੀਂ ਹਟਦਾ। ਮਨ ਮੇ ਨਾ ਸ਼ੰਕਾ ਮਾਨੇ, ਮਨ ਦੇ ਅੰਦਰ ਸ਼ੰਕਾ ਮੰਨਦਾ ਨਹੀਂ। ਇੱਦਾਂ ਹੋਰ ਬੜੇ ਕੁਕਰਮ ਲਿਖੇ ਨੇ,
ਅਤੇ ਅਖੀਰ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਹਨ, ਅਧਮ ਅਸਾਧ ਸੰਗ, ਅਧਮ ਬੰਦੇ, ਭੈੜੇ ਬੰਦੇ, ਬੁਰੇ ਬੰਦੇ, ਜੂਆ ਖੇਡਣ ਵਾਲੇ ਜੁਆਰੀਏ ਆਦਿ ਅਮਲੀ ਲੋਕ ਜਿੰਨੇ ਵੀ ਸਨ, ਉਹਨਾਂ ਨੂੰ ਲੋਕ ਧਰਕਾਰਾਂ ਪਾਉਂਦੇ, ਮਾਂ ਗਾਲਾਂ ਕੱਢਦੀ, ਪਿਓ ਗਾਲਾਂ ਕੱਢਦਾ, ਭੈਣ ਭਰਾ ਸਹੁਰੇ ਸੱਸ ਆਂਢੀ ਗੁਆਂਢੀ ਫਟਕਾਰਾਂ ਪਾਉਂਦੇ ਨੇ, ਪਰ ਇਹ ਬੁਰੇ ਬੰਦੇ ਜਿਹੜੇ ਨੇ ਨਾ, ਬੁਰਿਆਈ ਨਹੀਂ ਛੱਡਦੇ, ਵੀ ਬੜੇ ਬਹਾਦਰ ਨੇ। ਜਦੋਂ ਭੈੜੇ ਬੰਦੇ ਬੁਰਿਆਈ ਨਹੀਂ ਛੱਡਦੇ, ਅਧਮ ਅਸਾਧ ਸੰਗ ਛੱਡਤ ਨਾ ਅੰਗੀਕਾਰ, ਤੈਸੇ ਗੁਰਸਿੱਖ ਸਾਧ ਸੰਗ ਕਿਉਂ ਤਜਿਤ ਹੈ। ਜੇ ਬੁਰਾ ਬੰਦਾ ਬੁਰਿਆਈ ਨਹੀਂ ਛੱਡਦਾ ਤੇ ਭਲਿਆ ਬੰਦਾ, ਤੈਨੂੰ ਕੀ ਹੋ ਗਿਆ, ਤੂੰ ਅੰਮ੍ਰਿਤ ਛੱਕ ਕੇ ਤੂੰ ਕਿਉਂ ਗੁਰਮਤ ਨੂੰ ਤਿਆਗ ਦਿੱਤਾ, ਤੂੰ ਗੁਰਦੁਆਰੇ ਆ ਕੇ ਕਿਉਂ ਮਨਮਤ ਦੇ ਕੰਮ ਕਰਨ ਲੱਗ ਪਿਓ, ਤੇਰੇ ਨਾਲੋਂ ਤੇ ਉਹ ਚੋਰ ਯਾਰ ਠੱਗੀ ਚੰਗੇ ਨੇ ਜਿਹੜੇ ਬੁਰਿਆਈ ਨਹੀਂ ਛੱਡਦੇ। ਇਸ ਵਾਸਤੇ ਕਹਿਣ ਤੋਂ ਮੁਰਾਦ ਆ ਵੀ ਜਿਵੇਂ ਬੁਰੇ ਬੰਦੇ ਬੁਰਿਆਈ ਨਹੀਂ ਛੱਡਦੇ, ਤਿਵੇਂ ਭਲੇ ਬੰਦਿਆਂ ਨੂੰ ਭਲਿਆਈ ਨਹੀਂ ਛੱਡਣੀ ਚਾਹੀਦੀ। ਦਾਸੂ ਅਤੇ ਦਾਤੂ ਦੋਵੇਂ ਸਕੇ ਭਰਾ ਨੇ। ਦਾਤੂ ਨੇ ਆਪਣੇ ਕੀਤੇ ਦੇ ਉੱਤੇ ਪਸ਼ਚਾਤਾਪ ਕੀਤਾ, ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸਾਰੀ ਅਵਗਿਆ ਦੱਸੀ, ਅਤੇ ਗੁਰੂ ਜੀ ਨੇ ਇੱਕੋ ਹੀ ਨਸੀਹਤ ਕੀਤੀ ਪੰਜਵੇਂ ਪਾਤਸ਼ਾਹ ਨੇ ਵੀ ਅੱਜ ਤੋਂ ਲੈ ਕੇ ਕੁਸੰਗੀਆਂ ਦੀ ਸੰਗਤ ਵਿੱਚ ਨਹੀਂ ਜਾਣਾ। ਸਤ ਬਚਨ ਮਹਾਰਾਜ, ਇਸੇ ਮਾਰ ਦੇ ਹੇਠ ਆਇਆ ਮੈਂ, ਇਹ ਦੁੱਖ ਭੋਗਿਆ। ਸਤਿਗੁਰੂ ਜੀ ਨੇ ਪ੍ਰਸ਼ਾਦ ਕਰਵਾਇਆ, ਅਰਦਾਸ ਹੋਈ ਅਤੇ ਖਡੂਰ ਸਾਹਿਬ ਦੀ ਸੰਗਤ ਪਾਸੋਂ ਆਗਿਆ ਮੰਗੀ। ਆਗਿਆ ਲੈ ਕੇ ਦੀਨ ਦਿਆਲ ਸਤਿਗੁਰੂ ਜੀ ਪਾਲਕੀ ਸਿੰਘਾਂ ਨੇ ਚੁੱਕ ਲਈ, ਸਿੱਖਾਂ ਨੇ ਅੱਗੇ ਅੱਗੇ ਚਲੇ ਜਾਂਦੇ ਨੇ, ਪਾਣੀ ਛਿਣਕਣ ਵਾਲੇ ਅੱਗੇ ਪਾਣੀ ਤੌਂਕੀ ਜਾਂਦੇ ਨੇ, ਸੰਖ ਘੜਿਆਲ ਵਜਾਉਣ ਵਾਲੇ ਉਹ ਕੁਲਾਹਲ ਦੇ ਮੰਗਲ। ਕਿਸੇ ਸਿੱਖ ਨੇ ਗਲ 'ਚ ਢੋਲਕੀ ਪਾਈ, ਕੋਈ ਚਿਮਟਾ ਫੜਿਆ, ਕਿਸੇ ਨੇ ਛੈਣੇ ਪਕੜੇ ਨੇ, ਬਾਣੀ ਦੇ ਸ਼ਬਦ ਪੜ੍ਹਦੇ ਜਾਂਦੇ ਜੋਟੀਆਂ ਦੇ, ਨਾਲੇ ਗੁਰੂ ਕੀ ਬਾਣੀ ਦੀਆਂ ਪੋਥੀਆਂ ਲੈ ਕੇ ਚਲੇ ਜਾ ਰਹੇ ਨੇ ਤਰਨ ਤਾਰਨ ਵਾਲੀ ਜਗ੍ਹਾ, ਜਿੱਥੇ ਚੰਦੂ ਨੂੰ ਬੱਧਾ ਨਾ ਮਹਾਰਾਜ ਨੇ, ਜਿਸ ਵੇਲੇ ਛੇਵੇਂ ਪਾਤਸ਼ਾਹ ਪਕੜ ਕੇ ਲਿਆਂਦਾ, ਉੱਥੇ ਮੰਜੀ ਸਾਹਿਬ ਬਣਿਆ।